असीं गुरु नानक पातशाह नूं दुनिया दे हर हिस्से पहुँचा दिता है पर अपने दिल तक नहीं पहुँचा सके। साडियां जड़ां दियां कहानियां तां कथावां ही हुंदियां ने अते इन्हां कथावां दा सफ़र करन वाले ही अपनी विरासत नूं समझ सकदे ने। कथावां दा सफ़र दा फुरना अमरदीप सिंह होणा लई सबबी आया सी। सिंगापुर दे रहण वाले अमरदीप सिंह होणा पाकिस्तान च सिख विरासत दियां दो किताबां तो बाद दो दस्तावेजी फिल्मां तैयार कीतियां। ਉਹ ਜਦੋਂ ਲੋਸਟ ਹੈਰੀਟੇਜ ਦੀ ਸਿੱਖ ਲੈਗੇਸੀ ਇਨ ਪਾਕਿਸਤਾਨ ਦਾ ਕਾਰਜ ਕਰ ਰਹੇ ਸਨ ਤਾਂ ਇਹਦੇ ਨਾਲੋਂ ਨਾਲ ਉਹ ਖਾਸ ਹਵਾਲਿਆਂ ਲਈ ਵੀਡੀਓ ਬਣਾਉਂਦੇ ਗਏ। ਜਦੋਂ ਉਹਨਾਂ ਸਾਰੀਆਂ ਵੀਡੀਓ ਵੇਖੀਆਂ ਤਾਂ ਉਹਨਾਂ ਵਿੱਚ ਇੱਕ ਕਹਾਣੀ ਨਜ਼ਰ ਆਈ। ਇਹ ਕਹਾਣੀ ਵਿਰਾਸਤਾਂ ਦੀ ਨਿਸ਼ਾਨਦੇਹੀ ਕਰਦੀ ਸੀ। ਅਮਰਦੀਪ ਸਿੰਘ ਹੋਣਾ ਇੱਕ ਦਹਾਕੇ ਦੇ ਵਿਰਾਸਤੀ ਖੋਜ ਕਾਰਜਾਂ ਤੋਂ ਬਾਅਦ ਆਪਣੇ ਨਜ਼ਰੀਏ ਅੰਦਰ ਬਹੁਤ ਕੁਝ ਉਲੀਕਿਆ ਅਤੇ ਉਸ ਉਲੀਕੇ ਰਾਹ 'ਤੇ ਤੁਰਦਿਆਂ ਕਾਰਜ ਕਰਦਿਆਂ ਨਿਰੰਤਰ ਵਿਰਾਸਤਾਂ ਬਾਰੇ ਕੰਮ ਕੀਤਾ। ਅਮਰਦੀਪ ਸਿੰਘ ਇਸ ਨੂੰ ਡਿਵਾਈਨ ਇੰਟਰਵੈਂਸ਼ਨ ਕਹਿੰਦੇ ਨੇ। ਉਹਨਾਂ ਮੁਤਾਬਕ ਇਹ ਸਿਰਫ ਧਾਰਮਿਕ ਨਹੀਂ ਹੈ, ਇਸ 'ਚ ਵਿਰਾਸਤ ਹੈ, ਭਾਵਨਾ ਹੈ ਅਤੇ ਇੱਕ ਸਫ਼ਰ ਹੈ ਜਿਹਦੀ ਗੁੜ੍ਹਤੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੀਆਂ ਉਦਾਸੀਆਂ ਤੋਂ ਮਿਲਦੀ ਹੈ। ਸੋ ਹੁਣ ਤੈਅ ਸੀ ਕਿ ਇੱਕ ਸਫ਼ਰ 'ਤੇ ਤੁਰਿਆ ਜਾਵੇ, ਇਸ ਲਈ ਬਹੁਤ ਸਾਰੇ ਸੱਜਣ ਮਦਦ ਲਈ ਤਿਆਰ ਹੋ ਗਏ। ਇਹ ਸਫ਼ਰ ਸੀ ਕਿਉਂਕਿ ਵਿਰਾਸਤ ਸਿਰਫ ਪਾਕਿਸਤਾਨ ਜਾਂ ਭਾਰਤ 'ਚ ਨਹੀਂ ਹੈ, ਗੁਰੂ ਨਾਨਕ ਸਾਹਿਬ ਤਾਂ ਇਸ ਤੋਂ ਵੀ ਬਾਹਰ ਹੋਰ ਥਾਵਾਂ 'ਤੇ ਘੁੰਮੇ ਨੇ। ਇਹ ਸਿਰਫ ਗੁਰਦੁਆਰਿਆਂ ਦੀ ਯਾਤਰਾ ਨਹੀਂ ਹੋਵੇਗੀ, ਇਸ 'ਚ ਕਥਾ ਮਹੱਤਵਪੂਰਨ ਹੈ। ਜੋ ਅਸੀਂ ਲਿਖ ਰਹੇ ਹਾਂ ਉਸ ਇਤਿਹਾਸ ਨਾਲ ਸਾਡੀ ਮਿਲਣੀ ਹੈ। ਅਸੀਂ ਇਸੇ ਬਿਰਤਾਂਤ 'ਚੋਂ ਉਹ ਪੇਸ਼ ਕਰਨਾ ਹੈ ਜੋ ਆਉਣ ਵਾਲੀ ਪੀੜ੍ਹੀ ਲਈ ਸੁਚੱਜਾ ਦਸਤਾਵੇਜ਼ ਹੋਵੇ। ਜਦੋਂ ਸਰਹੱਦਾਂ ਇਸ ਰੂਪ 'ਚ ਨਹੀਂ ਸਨ, 15ਵੀਂ ਸਦੀ ਦਾ ਦੌਰ ਸੀ, ਬਾਦਸ਼ਾਹ ਆਪਣੇ ਰਾਜ ਦਾ ਵਿਸਤਾਰ ਕਰ ਰਹੇ ਸਨ, ਉਹਨਾਂ ਸਮਿਆਂ 'ਚ ਹਿੰਦੂ ਸਨ ਅਤੇ ਮੁਸਲਮਾਨ। ਉਦੋਂ ਗੁਰੂ ਨਾਨਕ ਸਾਹਿਬ ਅਵਤਾਰ ਧਾਰਦੇ ਨੇ ਅਤੇ ਮਨੁੱਖਤਾ ਸਾਂਝੀਵਾਲਤਾ ਦਾ ਸੰਦੇਸ਼ ਕੁੱਲ ਹਯਾਤੀ ਨੂੰ ਦਿੰਦੇ ਨੇ। ਉਹ ਰਾਗਾਂ 'ਚ ਬਾਣੀ ਰਚਦੇ ਨੇ, ਉਹ ਹਿੰਦੂ ਨੂੰ ਮਿਲਦੇ ਨੇ, ਉਹ ਮੁਸਲਮਾਨਾਂ ਕਬੀਲਿਆਂ ਵੱਖ ਵੱਖ ਕੌਮਾਂ ਸੱਭਿਆਚਾਰਾਂ ਨੂੰ ਮਿਲਦੇ ਨੇ ਅਤੇ ਅਕਾਲ ਪੁਰਖ ਦਾ ਸੰਦੇਸ਼ ਦਿੰਦੇ ਵੱਖ ਵੱਖ ਥਾਵਾਂ ਦੀ ਯਾਤਰਾ ਕਰਦੇ ਨੇ। ਗੁਰੂ ਨਾਨਕ ਦੇਵ ਜੀ 4 ਉਦਾਸੀਆਂ ਕਰਦੇ ਨੇ, ਉਹਨਾਂ ਜੋ ਵੱਡਾ ਖੇਤਰ ਗਾਇਆ ਹੁਣ 9 ਦੇਸ਼ਾਂ 'ਚ ਪੇਸ਼ ਹੁੰਦਾ, ਤਿੱਬਤ, ਭਾਰਤ, ਪਾਕਿਸਤਾਨ, ਚੀਨ, ਬੰਗਲਾਦੇਸ਼, ਸ਼੍ਰੀਲੰਕਾ, ਸਾਊਦੀ ਅਰਬ, ਇਰਾਕ, ਇਰਾਨ, ਅਫਗਾਨਿਸਤਾਨ ਜਿਹੇ ਦੇਸ਼ਾਂ 'ਚ ਬਾਬੇ ਨਾਨਕ ਦੀ ਚਰਨ ਛੋਹ ਹੈ। ਅਲੈਗਰੀ ਦਸਤਾਵੇਜ਼ ਫਿਲਮਾਂ ਦੀ ਲੜੀ 24 ਕਿਸ਼ਤਾਂ ਦੀ ਗੁਰੂ ਨਾਨਕ ਦੇਵ ਜੀ ਬਾਰੇ ਸਾਨੂੰ ਜਾਣੂ ਕਰਵਾਉਂਦੀ ਹੈ। ਕਿੰਜ ਬਣੀ ਇਹ ਲੜੀ ਅਤੇ ਕੀ ਹੈ ਖਾਸ, ਕਿਸ ਨਜ਼ਰ ਤੋਂ ਅਸੀਂ ਇਹ ਵੇਖੀਏ ਅਤੇ ਕਿਸ ਨਜ਼ਰੀਏ ਤੋਂ ਇਹ ਸਮਝੀਏ, ਇਸ ਸਿਲਸਿਲੇ ਵਿੱਚ ਅੱਜ ਦੀ ਖਾਸ ਗੱਲਬਾਤ ਆਓ ਕਰਦੇ ਹਾਂ ਅਮਰਦੀਪ ਸਿੰਘ ਹੁਣਾਂ ਦੇ ਨਾਲ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਮਰਦੀਪ ਜੀ। ਬਹੁਤ ਬਹੁਤ ਸ਼ੁਕਰੀਆ ਜੀ ਹਰਪ੍ਰੀਤ ਜੀ, ਤੁਸੀਂ ਮੌਕਾ ਦਿੱਤਾ। ਤੁਸੀਂ ਮੌਕੇ ਦੇ ਹੱਕਦਾਰ ਹੋ, ਬਹੁਤ ਕਮਾਲ ਦਾ ਕੰਮ ਕੀਤਾ ਆ ਤੇ ਮੈਨੂੰ ਲੱਗਦਾ ਕਿ ਇਸ ਕੰਮ ਨੂੰ ਮਹਿਸੂਸ ਕਰਨ ਦੀ ਲੋੜ ਆ ਸਾਡੇ ਦਰਸ਼ਕਾਂ ਨੂੰ, ਜੋ ਵੀ ਤੁਹਾਡੇ ਕੰਮ ਤੱਕ ਪਹੁੰਚੇਗਾ। ਜਿਸ ਤਰ੍ਹਾਂ ਤੁਸੀਂ ਕਿਸ਼ਤ ਦਰ ਕਿਸ਼ਤ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ, ਉਹਨਾਂ ਦੀਆਂ ਉਦਾਸੀਆਂ, ਉਹਨਾਂ ਦੇ ਫਲਸਫੇ ਨੂੰ ਤੁਸੀਂ ਸਾਡੇ ਤੱਕ ਪੇਸ਼ ਕੀਤਾ ਆ, ਉਸਦੇ ਬਾਰੇ ਆਪਾਂ ਨਿਰੰਤਰ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸ ਦਿਓ, ਆਪਾਂ ਸ਼ੁਰੂਆਤ ਹੀ ਇੱਥੋਂ ਕਰਦੇ ਹਾਂ ਕਿ ਅਲੈਗਰੀ ਹੈ ਕੀ ਹੈ।
ਐਲੇਗਰੀ ਦਾ ਮਤਲਬ ਇਹ ਇੰਗਲਿਸ਼ ਦਾ ਲਫ਼ਜ਼ ਜਿਹੜਾ ਅਕਸਰ ਯੂਜ਼ ਨਹੀਂ ਹੁੰਦਾ ਹੈ, ਅਤੇ ਉਹਨੂੰ ਯੂਜ਼ ਕਰਨ ਦਾ ਮਕਸਦ ਹੀ ਇਹ ਹੈ ਕਿ ਜੋ ਚੀਜ਼ਾਂ ਅਸੀਂ ਅਕਸਰ ਯੂਜ਼ ਨਹੀਂ ਕਰਦੇ ਹਾਂ ਉਹਨਾਂ ਦੇ ਅੰਦਰ ਕੁਛ ਗੁਜੀ ਹੋਈ ਗੱਲ ਹੁੰਦੀ ਹੈ, ਕੁਛ ਛੁਪੀ ਹੋਈ ਗੱਲ ਹੁੰਦੀ ਹੈ। ਐਲੇਗਰੀ ਦਾ ਮਤਲਬ ਇੱਕ ਅੱਖਰ ਹੈਗਾ, ਅਕਸਰ ਅਸੀਂ ਯੂਜ਼ ਕਰਦੇ ਹਾਂ ਅੰਗਰੇਜ਼ੀ 'ਚ ਮੈਟਾਫਰ। ਮੈਟਾਫਰ ਹੁੰਦਾ ਹੈ ਕਿ ਜਿਹੜੀ ਪਹੇਲੀਆਂ ਜਿਹੜੀਆਂ ਕੋਈ ਚੀਜ਼ਾਂ ਨੂੰ ਅੰਦਰ ਉਹਦੇ ਅੰਦਰ ਕੋਈ ਰਾਜ਼ ਦੀ ਗੱਲ ਛੁਪੀ ਹੋਵੇ, ਲੇਕਿਨ ਜਦੋਂ ਬੜੇ ਸਾਰੇ ਮੈਟਾਫਰਸ ਮਿਲ ਕੇ ਇੱਕ ਵੱਡੀ ਕਹਾਣੀ ਦੀ ਇੱਕ ਪਹਿਲੀ ਨੂੰ ਦਰਸਾ ਰਹੇ ਹੋਣ, ਤੇ ਉਸਨੂੰ ਫਿਰ ਅਸੀਂ ਵੱਡੇ ਰੂਪ ਤੇ ਕਹਿੰਦੇ ਹਾਂ ਐਲੇਗਰੀ। ਐਲੇਗਰੀ ਦਾ ਇਹ ਮਤਲਬ ਹੁੰਦਾ ਹੈ। ਤੇ ਅਗਰ ਇਸ ਦਾ ਨਾਂ ਐਲੇਗਰੀ ਅ ਟੈਪਿਸਟਰੀ ਆਫ ਗੁਰੂ ਨਾਨਕ ਟਰੈਵਲਸ, ਇਸ ਡੋਕਿਊ ਸੀਰੀਜ਼ ਦਾ ਨਾਂ ਰੱਖਣ ਦਾ ਮਕਸਦ ਇਹ ਸੀਗਾ ਕਿ ਅੰਗਰੇਜ਼ੀ ਅਗਰ ਕਹੀਏ ਤੇ ਐਲੇਗਰੀ ਇਜ਼ ਦ ਰੈਵਲੇਸ਼ਨ ਆਫ ਅ ਹਿਡਨ ਮੀਨਿੰਗ, ਰਾਜ਼ ਦੀ ਗੱਲ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਅਕਸਰ ਕਹਿਣਾ ਇਹ ਸਫ਼ਰ ਤੋਂ ਹਮਾਰਾ ਇੱਕ ਬਹਾਨਾ ਹੈ, ਕਿਉਂਕਿ ਗੁਰੂ ਨਾਨਕ ਕੇ ਸਫ਼ਰ ਕਾ ਫਲਸਫੇ ਕੋ ਹਮਨੇ ਸਮਝਾਨਾ ਹੈ। ਹਮ ਕੌਣ ਹੋਤੇ ਹੈ ਸਮਝਾਨੇ ਵਾਲੇ, ਲੇਕਿਨ ਹਮ ਸਮਝਨੇ ਕੀ ਕੋਸ਼ਿਸ਼ ਕਰ ਸਕਤੇ ਹੈਂ। ਜੀ, ਖਾਸ ਤੌਰ ਤੇ ਇਸ ਕਰਕੇ ਮਹੱਤਵਪੂਰਨ ਹੋ ਜਾਂਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਸਮਝਾਇਆ ਜਾਂ ਜਿਹੜੀਆਂ ਉਹਨਾਂ ਦੀਆਂ ਯਾਤਰਾਵਾਂ ਸਨ, ਉਹ ਤਾਂ ਬਾਰਡਰਲੈਸ ਸਨ, ਤੇ ਉਹਨਾਂ ਦਾ ਫਲਸਫਾ ਵੀ ਵੱਖ ਵੱਖ ਕਲਚਰ ਨੂੰ ਆਪਸ ਦੇ ਵਿੱਚ ਇੱਕ ਕਨੈਕਟਿਵਿਟੀ ਚ ਜ਼ੋਰ ਪਿਆ। ਪਰ ਇਸ ਦੌਰ ਦੇ ਅੰਦਰ ਕਲਚਰ ਵੀ ਵੱਖ ਵੱਖ ਰਿਸਪੋਂਡ ਕਰਦੇ ਨੇ, ਸਾਡੀਆਂ ਸਰਹੱਦਾਂ ਨੇ, ਸਰਹੱਦਾਂ ਨੂੰ ਬਰਕਰਾਰ ਰੱਖਣ ਲਈ ਕਿੰਨੇ ਕਰੋੜਾਂ ਦੇ ਇਨਵੈਸਟਮੈਂਟ ਕੀਤੀ ਜਾਂਦੀ ਆ, ਉਸ ਦੇ ਉੱਤੇ ਪੂਰੀ ਇੱਕ ਖੇਡ ਖੇਡੀ ਜਾਂਦੀ ਆ, ਤੇ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਤਾਂ ਉਸ ਪੂਰੇ ਨੈਰੇਟਿਵ ਨੂੰ ਤੋੜਦਾ ਹੋਇਆ ਇੱਕ ਆਪਣੀ ਤਰ੍ਹਾਂ ਦਾ ਬਿਰਤਾਂਤ ਦਿੰਦਾ ਆ। ਤੇ ਥੋੜਾ ਜਿਹਾ ਇਹ ਸਮਝਾਓ ਕਿ ਜਦੋਂ ਇਹ ਫੁਰਨਾ ਕਿੱਥੋਂ ਫੁਰਿਆ, ਤੁਹਾਡੀ ਪਲੈਨਿੰਗ ਕਿਉਂ ਹੋਈ, ਕਿਉਂ ਜ਼ਰੂਰੀ ਸਮਝਦੇ ਹੋ ਤੁਸੀਂ ਕਿ ਇਸ ਤਰ੍ਹਾਂ ਦੀ ਲੜੀਵਾਰ ਲੜੀ ਜੋ ਤੁਸੀਂ ਇਹ ਪੇਸ਼ ਕੀਤਾ ਹੈ ਕਿਉਂ ਜ਼ਰੂਰੀ ਸੀ? ਥੋੜਾ ਜਿਹਾ ਪਹਿਲਾਂ ਦੱਸੋ ਵੀ ਕਿੰਨੀਆਂ ਕਿਸ਼ਤਾਂ ਨੇ, ਟੋਟਲ ਕਿੰਨੀਆਂ ਕਿਸ਼ਤਾਂ ਨੇ ਤੇ ਉਹਦੀ ਪਲੈਨਿੰਗ ਕੀ ਸੀ? ਹਾਂਜੀ, ਪਹਿਲੀ ਤੇ ਮੈਂ ਕਹਾਂਗਾ ਗੱਲ ਕਿ ਅਸੀਂ ਕੌਣ ਹੁੰਦੇ ਹਾਂ ਸਮਝਣੇ ਵਾਲੇ ਤੇ ਪਲੈਨਿੰਗ ਕਰਨ ਵਾਲੇ। ਇਹ ਸਾਰੇ ਕੰਮਾਂ ਦੇ ਅੰਦਰ ਇੱਕ ਉਹੀ ਹੈ, ਰਾਜ਼ ਵਾਲੀ ਗੱਲ ਹੈ ਕਿ ਜਿਹਨੂੰ ਕਰਕੇ ਹੀ ਸਮਝ ਆਉਂਦਾ ਹੈ ਕਿ ਕੋਈ ਚੀਜ਼ ਤੁਹਾਨੂੰ ਉਸ ਪਾਸੇ ਲੈ ਕੇ ਜਾ ਰਹੀ ਸੀ। ਅਸੀਂ ਕੋਈ ਨਹੀਂ ਹੁੰਦੇ, ਇਹ ਕੰਮ ਮੈਂ ਆਪਣੀ ਹੋਮੇਜ ਨਹੀਂ ਕਰ ਰਿਹਾ, ਮੈਨੂੰ ਗਲਤ ਨਾ ਸਮਝਣਾ, ਲੇਕਿਨ ਮੈਨੂੰ 7.5 ਸਾਲ ਹੋ ਗਏ ਨੇ ਇਹ ਕੰਮ ਕਰਦੇ ਹੋਏ। ਮੈਂ ਉਹਨਾਂ ਇਲਾਕਿਆਂ ਵਿੱਚ ਜਾ ਕੇ ਕੰਮ ਕਰ ਰਿਹਾ ਜਿੱਥੇ ਸਾਡਾ ਬੜਾ ਵੱਡਾ ਵਿਸ਼ਾਲ ਵਿਰਸਾ ਸੀਗਾ, ਸਾਡੀ ਅੰਸ਼ਾਂ ਸੀਗੀਆਂ। ਉਹ ਅੰਸ਼ ਅੱਜ ਜਿਸ ਤਰ੍ਹਾਂ ਤੁਸੀਂ ਕਿਹਾ ਪੋਲੀਟੀਕਲ ਬਾਉਂਡਰੀਜ਼ ਦੇ ਕਰਕੇ ਐਕਸੈਸਿਬਿਲਿਟੀ ਨਹੀਂ ਹੈ, ਜਾ ਨਹੀਂ ਸਕਦਾ ਇਨਸਾਨ, ਲੇਕਿਨ ਉਹ ਕਾਫੀ ਇਲਾਕਿਆਂ ਦੇ ਅੰਦਰ ਜਾਨ ਮਾਲ ਦੀ ਰਿਸਕ ਹੁੰਦੀ ਹੈ, ਤੇ ਉਹਨਾਂ ਸਾਰਿਆਂ ਇਲਾਕਿਆਂ ਜਾ ਕੇ ਆਪਣੇ ਵਿਰਸੇ ਨੂੰ ਸਮੇਟਣ ਦੀ ਜਿਹੜੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ, ਇਹ ਇਨਸਾਨ ਸੋਚ ਕੇ ਵੀ ਪਲੈਨਿੰਗ ਕਰਕੇ ਵੀ ਕਰ ਨਹੀਂ ਸਕਦਾ, ਕਿਉਂਕਿ ਇਹਦੇ ਅੰਦਰ ਇਤਨੀ ਅੜਚਨਾ ਆਉਂਦੀ ਹੈ ਜੋ ਅਸੀਂ ਗੱਲ ਕਰਾਂਗੇ ਅੱਗੇ ਚੱਲ ਕੇ, ਕਿ ਬਹੁਤ ਅੜਚਨਾ ਨੇ ਜੀ। ਔਰ ਉਹਨਾਂ ਅੜਚਨਾ ਦਾ ਇੱਕ ਪੂਰਾ ਇਕੱਠ ਅਸੀਂ ਅੱਗੇ ਰੱਖੀਏ ਨਾ, ਤਾਂ ਇਨਸਾਨ ਕਹਿੰਦਾ ਇਹ ਕਿਸ ਤਰ੍ਹਾਂ ਹੋਏਗਾ, ਲੇਕਿਨ ਜਦੋਂ ਕਰ ਲੈਂਦਾ ਨਾ, ਫਿਰ ਸਮਝ ਆਉਂਦਾ ਕਿ ਯਾਰ ਕੀ ਹੋ ਕੀ ਰਿਹਾ ਸੀਗਾ, ਇਹ ਬਸ ਅਸੀਂ ਇੱਕ ਤੂਫਾਨ ਵਾਂਗਰ ਚੱਲੇ ਹਾਂ, ਬਸ ਹੋ ਗਿਆ। ਤੇ ਇਹ ਵੀ ਇੱਕ ਐਲੇਗਰੀ ਹੈ, ਗੁਜੀ ਹੋਈ ਗੱਲ ਹੈ। ਤੇ ਹੈ ਕੀ ਚੀਜ਼ ਐਲੇਗਰੀ? ਆ ਟੈਪਿਸਟਰੀ ਆਫ ਗੁਰੂ ਨਾਨਕ ਟਰੈਵਲਸ ਇੱਕ 24 ਐਪੀਸੋਡ ਦੀ ਦਸਤਾਵੇਜ਼ ਹੈ, ਇੱਕ ਡੋਕਿਊ ਸੀਰੀਜ਼ ਹੈ, ਡਾਕੂਮੈਂਟਰੀ ਸੀਰੀਜ਼ ਹੈ। ਐਵਰੇਜ 45-50 ਮਿੰਟਸ ਦਾ ਇੱਕ ਐਪੀਸੋਡ ਹੈਗਾ, ਤੇ 18 ਘੰਟਿਆਂ ਦਾ ਪੂਰਾ ਦਸਤਾਵੇਜ਼ ਹੈ, ਜਿਹਦੇ ਅੰਦਰ ਅਸੀਂ ਛੋਟੀ ਜਿਹੀ ਇੱਕ ਨਿਮਾੜੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਸਫ਼ਰ ਨੇ ਉਹਨਾਂ ਦੇ ਥਰੂ ਅਸੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਔਰ ਸਫ਼ਰ ਵੀ ਸਮਝਣ ਵਾਸਤੇ ਇੱਕ ਬਹੁਤ ਹੀ ਵੱਡੀ ਅੜਚਨ ਆਉਂਦੀ ਹੈ ਕਿ ਕਿੱਥੋਂ ਸ਼ੁਰੂ ਕਰੀਏ, ਕਿਹੜੇ ਟੈਕਸਟ ਤੋਂ ਸ਼ੁਰੂ ਕਰੀਏ, ਉਹ ਅਸੀਂ ਬਾਅਦ ਵਿੱਚ ਬੇਸ਼ੱਕ ਗੱਲ ਕਰਾਂਗੇ, ਲੇਕਿਨ ਸਫ਼ਰ ਦੇ ਰਾਹੀਂ ਅਸੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਇਹਦੇ ਅੰਦਰ ਗੱਲ ਜਿਹੜੀ ਪਤੇ ਦੀ ਗੱਲ ਸਿਰਫ ਇਹੀ ਹੈ ਕਿ ਅੱਜ ਦੀ ਜਿਹੜੀ ਪਨੀਰੀ ਹੈ ਜਿਹਨੂੰ ਪ੍ਰੀਚਿੰਗ ਕਰਨਾ ਬਹੁਤ ਹੀ ਮੁਸ਼ਕਿਲ ਹੈ, ਔਰ ਪ੍ਰੀਚਿੰਗ ਕਰਨਾ ਵੀ ਨਹੀਂ ਚਾਹੀਦਾ, ਕਿਉਂਕਿ ਆਤਮ ਪੜਚੋਲ ਜਿਹੜੀ ਹੈ ਹਰ ਇਨਸਾਨ ਦੀ ਆਪਣੀ ਹੋਣੀ ਚਾਹੀਦੀ ਹੈ। ਤੇ ਅਸੀਂ ਕਿਸ ਤਰ੍ਹਾਂ ਉਹਨਾਂ ਦੀ ਅਟੈਨਸ਼ਨ ਨੂੰ ਅੱਗੇ ਲਿਆ ਕੇ ਖੜਾ ਕਰੀਏ ਉਹਨਾਂ ਸਾਈਟਸ ਦੇ ਥਰੂ, ਉਹਨਾਂ ਮਲਟੀਕਲਚਰਲ ਮਲਟੀਫੇਥ ਸਾਈਟਸ ਦੇ ਥਰੂ ਜਿੱਥੇ ਜਾਣਾ ਮੁਸ਼ਕਿਲ ਹੈਗਾ, ਤੇ ਜਦੋਂ ਉਸਦੇ ਥਰੂ ਇੱਕ ਨੈਸ਼ਨਲ ਜੀਓਗ੍ਰਾਫਿਕ ਜਿਸ ਤਰ੍ਹਾਂ ਡੇਵਿਡ ਐਟਨਬਰੋ ਦੀ ਕੋਈ ਇੱਕ ਸੀਰੀਜ਼ ਹੈ, ਤਾਂ ਤੁਸੀਂ ਉਹਨੂੰ ਦੇਖਦੇ ਹੋ ਉਹਦੇ ਅੰਦਰ ਇੱਕ ਖਿਚਾਵ ਹੈਗਾ, ਤਾਂ ਉਸ ਤਰ੍ਹਾਂ ਦਾ ਇੱਕ ਨੈਸ਼ਨਲ ਜੀਓਗ੍ਰਾਫਿਕ ਕੁਆਲਿਟੀ ਦਾ ਕੁਛ ਅਸੀਂ ਆਪਣੀ ਕੌਮ ਦੇ ਅੰਦਰ ਕੁਛ ਚੀਜ਼ ਖੜਾ ਕਰੀਏ ਕਿ ਦੇਖਣ ਵਾਲਾ ਨਾ ਹੀ ਸਿਰਫ ਗੁਰੂ ਨਾਨਕ ਨਾਮ ਲੇਵਾ, ਗੁਰੂ ਨਾਨਕ ਨੂੰ ਜਾਣਨ ਵੱਲ ਦੀ ਜਿਹੜੀ ਕੋਸ਼ਿਸ਼ ਵੀ ਕਰ ਰਿਹਾ, ਅਗਰ ਨਹੀਂ ਵੀ ਜਾਣਦਾ ਹੋਵੇ ਉਸ ਚੀਜ਼ ਵੱਲ ਆਕਰਸ਼ਿਤ ਹੋ ਗਿਆ,
ਫਿਰ ਉਹ ਫਲਸਫੇ ਜਾਣਾ ਸ਼ੁਰੂ ਕਰੇ, ਮਕਸਦ ਇਹੀ ਹੈ। ਤੇ ਇਹ ਚੌਥੀ ਐਪੀਸੋਡ ਡਾਕੂ ਸੀਰੀਜ਼ ਨੇ ਜਿਹੜੀ ਅਸੀਂ ਰਿਲੀਜ਼ ਕਰਨੀ ਸ਼ੁਰੂ ਕੀਤੀ ਹੈ ਹੁਣ, ਇਹ ਮੈਂ ਇਸਨੂੰ ਅਕਸਰ ਕਹਿਣਾ ਨੈਰੇਟਿਵ ਲੰਗਰ। ਇੱਕ ਜਿਸ ਤਰ੍ਹਾਂ ਸਾਡਾ ਹੁੰਦਾ ਖਾਣ ਦਾ ਲੰਗਰ ਹੁੰਦਾ ਹੈ, ਇੱਕ ਰੂਹਾਨੀ ਲੰਗਰ ਜਿਹੜਾ ਹੈਗਾ, ਰੂਹਾਨੀ ਲੰਗਰ ਅਸੀਂ ਇਹਨੂੰ ਇੱਕ ਦਸਤਾਵੇਜ਼ ਦੇ ਰੂਪ ਵਿੱਚ gurunanak.com ਦੀ ਗੁਰੂ ਨਾਨਕ, ਅੱਗੇ ਗੁਰੂ ਨਾਨਕ ਤੇ ਅੱਗੇ ਦੀ ਔਰ ਇੱਕੋ ਲਫ਼ਜ਼ ਦੀ gurunanak.com ਵੈਬਸਾਈਟ ਦੇ ਉੱਤੇ ਤਰਤੀਬ ਵਾਰ 14 ਅਕਤੂਬਰ ਤੋਂ ਹਰ ਹਫ਼ਤੇ ਹਰ ਥਰਸਡੇ ਨੂੰ ਹਰ ਵੀਰਵਾਰ ਨੂੰ ਅਸੀਂ ਇੱਕ ਐਪੀਸੋਡ ਰਿਲੀਜ਼ ਕਰ ਰਹੇ ਹਾਂ ਔਰ ਜੋ ਐਂਡ ਆਫ ਮਾਰਚ ਤੱਕ ਇੱਕ ਇੱਕ ਐਪੀਸੋਡ ਰਿਲੀਜ਼ ਹੋਣਗੇ, 24 ਐਪੀਸੋਡ ਦੀ ਡਾਕੂ ਸੀਰੀਜ਼ ਹੈ ਇਹ ਚੀਜ਼ ਹੈਗੀ। ਇੱਕ ਮੈਂ ਇਹ ਦੇਖ ਰਿਹਾ ਸੀ ਕਿ ਬੜੀ ਇੱਕ ਕਨਫਿਊਜ਼ਨ ਹੋ ਜਾਂਦੀ ਹੈ ਜਾਂ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ। ਇਤਿਹਾਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇੱਕ ਪਾਸੇ ਇਤਿਹਾਸ ਹੋ ਜਾਂਦਾ, ਦੂਸਰੇ ਪਾਸੇ ਸਾਡਾ ਓਰਲ ਟ੍ਰੈਡੀਸ਼ਨ ਹੈ, ਸਾਡੀ ਸਾਖੀ ਪਰੰਪਰਾ ਹੈ। ਤੁਸੀਂ ਆਪਣੀ ਕਹਾਣੀ ਨੂੰ ਕਹਿਣ ਲੱਗਿਆ ਸਾਖੀ ਪਰੰਪਰਾ ਦੇ ਨਾਲ ਜ਼ਰੂਰ ਚੱਲਦੇ ਹੋ, ਇਹ ਚੋਣ ਤੁਸੀਂ ਕਿਉਂ ਕੀਤੀ, ਇਹਦੇ ਪਿੱਛੇ ਕੀ ਕਾਰਨ? ਅਸਲ ਵਿੱਚ ਆਪਣੀ ਗੱਲ ਕਰਨ ਵਾਸਤੇ ਅਸੀਂ ਗੁਰਬਾਣੀ ਦੀ ਟੇਕ ਤੋਂ ਸ਼ੁਰੂ ਹੁੰਦੇ ਹਾਂ ਤੇ ਉੱਥੇ ਹੀ ਐਂਡ ਹੁੰਦੇ ਹਾਂ। ਹਰ ਇੱਕ ਐਪੀਸੋਡ ਗੁਰਬਾਣੀ ਤੋਂ ਓਪਨ ਹੁੰਦਾ ਹੈ ਤੇ ਐਂਡ ਵੀ ਗੁਰਬਾਣੀ ਤੇ ਹੀ ਹੁੰਦਾ ਹੈ। ਉਹ ਕਰਨ ਦਾ ਮਕਸਦ ਹੀ ਇਹ ਸੀਗਾ ਕਿ ਅਸੀਂ ਕਿਸੇ ਨੂੰ ਭੁਲੇਖੇ ਚ ਨਹੀਂ ਪਾਣਾ ਚਾਹ ਰਹੇ, ਅਸੀਂ ਗੁਰਬਾਣੀ ਤੋਂ ਸ਼ੁਰੂ ਹੋ ਰਹੇ ਹਾਂ, ਵਿਚਕਾਰ ਗੁਰਬਾਣੀ ਹੀ ਮਿਲੇਗੀ ਔਰ ਗੁਰਬਾਣੀ ਦੇ ਅੰਦਰ ਇੱਕ ਗੁਰੂ ਨਾਨਕ ਸਾਹਿਬ ਦੇ ਸ਼ਬਦ ਮਿਲਣਗੇ ਜਿਹੜੇ ਉਹ ਕਹਿ ਰਹੇ ਨੇ, ਜੋ ਲਿਖਤ ਰੂਪ ਜਿਹੜੇ ਕੋਲ ਸਾਡੇ ਕੋਲ ਡਾਕੂਮੈਂਟੇਸ਼ਨ ਪਈਆਂ ਨੇ, ਉਹਨਾਂ ਚੋਂ ਕੱਢ ਕੇ ਅਸੀਂ ਦੱਸਦੇ ਹਾਂ ਗੁਰੂ ਨਾਨਕ ਸਾਹਿਬ ਨੇ ਇੱਥੇ ਇਹ ਗੱਲ ਕੀਤੀ। ਹੋਰ ਇੱਕ ਮੇਰੀ ਰੂਹਾਨੀ ਸਫ਼ਰ ਹੈ, ਉਸਦੇ ਵਿੱਚ ਵੀ ਰੂਹਾਨੀ ਸਫ਼ਰ ਜਿਹੜਾ ਅਮਰਦੀਪ ਅੱਜ 550 ਸਾਲ ਬਾਅਦ ਇੱਕ ਐਕਸਪਲੋਰੇਸ਼ਨ ਕਰ ਰਿਹਾ ਹੈ ਤੇ ਮੇਰੀ ਵੀ ਤੇ ਇੱਕ ਬਿਰਤੀ ਚੱਲ ਰਹੀ ਹੈ ਨਾਲ ਨਾ, ਮੇਰੀ ਵੀ ਤੇ ਇੱਕ ਰੂਹ ਚੱਲ ਰਹੀ ਹੈ ਅੱਜ, ਰਾਈਟ? ਤੇ ਮੇਰੇ ਰੂਹ ਦੇ ਅੰਦਰ ਬੜੇ ਸਵਾਲ ਆਉਂਦੇ ਨੇ, ਓਬਜ਼ਰਵੇਸ਼ਨ ਆਉਂਦੀਆਂ ਨੇ, ਮੈਂ ਦੇਖਣਾ ਕੁਛ ਚੀਜ਼ਾਂ, ਕਿਧਰੇ ਦੁੱਖ ਹੁੰਦਾ ਹੈ, ਕਿਧਰੇ ਖੁਸ਼ੀ ਹੁੰਦੀ ਹੈ, ਕਿਧਰੇ ਸਵਾਲ ਆਉਂਦੇ ਨੇ, ਤੇ ਉਸ ਚੀਜ਼ ਨੂੰ ਵੀ ਅਸੀਂ ਗੁਰੂ ਨਾਨਕ ਦੇ ਸ਼ਬਦਾਂ ਦੇ ਰਾਹੀਂ ਹੀ ਪੜਚੋਲ ਰਹੇ ਹਾਂ। ਅਸੀਂ ਕੋਈ ਆਪਣੇ ਜਜਮੈਂਟਸ ਨਹੀਂ ਦੇ ਰਹੇ ਹਾਂ ਤੇ ਪੂਰੀ ਗੁਰਬਾਣੀ ਦੇ ਬੇਸ ਤੇ ਹੀ ਸੀਰੀਜ਼ ਹੈਗੀ। ਲੇਕਿਨ ਗੱਲ ਇਹ ਆਉਂਦਾ ਹੈ ਕਿ ਇੱਕ ਹਿਸਟੋਰੀਕਲ ਦਸਤਾਵੇਜ਼ ਤੁਸੀਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਬਾਅਦ, 551 ਈਅਰਸ ਦੇ ਬਾਅਦ ਇੱਕ ਪੇਸ਼ ਕਰ ਰਹੇ ਹੋ ਇੱਕ ਉਹਨਾਂ ਦਾ ਪੂਰਾ ਜੀਵਨ ਦਾ ਹਿਸਟੋਰੀਕਲ ਡਾਕੂਮੈਂਟੇਸ਼ਨ, ਤੇ ਕਿੱਥੋਂ ਸ਼ੁਰੂ ਕਰੋਗੇ ਤੇ ਕਿੱਥੇ ਖਤਮ ਕਰੋਗੇ? ਤੁਸੀਂ ਕਿਹਾ ਤੁਸੀਂ ਜਨਮ ਸਾਖੀਆਂ ਦਾ ਪੜਚੋਲ ਲਿਆ, ਹੋਰ ਕਿਸ ਚੀਜ਼ ਦਾ ਤੁਸੀਂ ਪੜਚੋਲ ਲਓਗੇ? ਮੈਨੂੰ ਗੱਲ ਦੱਸੋ, ਗੁਰਬਾਣੀ ਦੇ ਅੰਦਰ ਤੇ ਗੁਰੂ ਨਾਨਕ ਸਾਹਿਬ ਨੇ ਕੋਈ ਚੀਜ਼ ਲਿਖੀ ਨਹੀਂ ਆਪਣੇ ਜ਼ਿੰਦਗੀ ਦੇ ਬਾਰੇ ਚ। ਗੁਰੂ ਨਾਨਕ ਸਾਹਿਬ ਜੀ ਦੀ ਖਾਸੀਅਤ ਹੀ ਇਹ ਹੈ ਕਿ ਉਹਨਾਂ ਨੇ ਸਿਰਫ ਸਾਨੂੰ ਰੂਹਾਨੀ ਗੱਲਾਂ ਦੱਸੀਆਂ ਨੇ, ਤੇ ਜਦੋਂ ਉਹ ਅਗਰ ਨੇੜੇ ਵੀ ਜਾਂਦੇ ਨੇ ਕੋਈ ਚੀਜ਼ ਦੇ, ਅਗਰ ਫਿਜ਼ੀਕਲ ਜਗ੍ਹਾ ਦੇ ਉੱਤੇ, ਤੇ ਫਿਜ਼ੀਕਲ ਜਗ੍ਹਾ ਵੀ ਨਹੀਂ ਦੱਸਦੇ ਨੇ, ਅਗਰ ਜਿਸ ਤਰ੍ਹਾਂ ਉਹਨਾਂ ਦਾ ਜ਼ਿਕਰ ਆਉਂਦਾ ਹੈ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਬਿਲਕੁਲ ਹੈ ਨਾ, ਖੁਰਾਸਾਨ ਦਾ ਜ਼ਿਕਰ ਆ ਗਿਆ ਜਿਹੜਾ ਅੱਜ ਦਾ ਤੁਸੀਂ ਸੈਂਟਰਲ ਏਸ਼ੀਆ ਸੈਂਟਰਲ ਏਸ਼ੀਅਨ ਇਲਾਕਾ ਲੈ ਲਓ, ਤੇ ਹਿੰਦੁਸਤਾਨ ਉਸ ਜ਼ਮਾਨੇ 'ਚ ਜਿਹੜਾ ਇੱਕ ਇੰਡੀਅਨ ਕਲਚਰ ਜਿਹੜਾ ਸੀਗਾ, ਜਿਹੜਾ ਕਿ ਸਿੰਧੂ ਦਰਿਆ ਦੇ ਈਸਟ ਵਿੱਚ ਸੀਗਾ, ਉੱਥੇ ਖੁਰਾਸਾਨ ਖਸਮਾਨਾ ਕੀਆ ਉਹਨੂੰ ਖਤਮ ਕਰਕੇ ਬਾਬਰ ਆਇਆ ਹੈ ਹੁਣ ਇੰਦੂ ਦਰਿਆ ਦੇ ਇਸ ਪਾਸੇ। ਲੇਕਿਨ ਤੁਹਾਨੂੰ ਇਹ ਤੇ ਨਹੀਂ ਦੱਸਿਆ ਕਿ ਕਿੱਥੇ ਮਿਲੇ ਸਨ ਨਾ, ਇਹ ਤੇ ਨਹੀਂ ਕਹਿੰਦੇ ਕਿ ਅਹਿਮਦਾਬਾਦ ਵਿੱਚ ਮੈਂ ਮਿਲ ਰਿਹਾ, ਤੇ ਅਹਿਮਦਾਬਾਦ ਦੇ ਅੰਦਰ ਚੱਕੀ ਸਾਹਿਬ ਗੁਰਦੁਆਰਾ ਹੈਗਾ, ਤੁਹਾਨੂੰ ਕਿਸਨੇ ਦੱਸਿਆ ਕਿ ਅਹਿਮਦਾ ਸਾਹਿਬ ਵਿੱਚ ਮਿਲੇ ਸੀਗੇ? ਗੁਰਬਾਣੀ ਚ ਤੇ ਨਹੀਂ ਦੱਸਿਆ ਨਾ, ਬਿਲਕੁਲ। ਤੇ ਫਿਰ ਅਸੀਂ ਕਿੱਥੋਂ ਸ਼ੁਰੂ ਕਰੀਏ? ਤੇ ਫਿਰ ਗੱਲ ਇਹ ਆਉਂਦੀ ਹੈ ਤੁਹਾਡੇ ਕੋਲ ਤਾਂ ਕੋਈ ਹੋਰ ਟੈਕਸਟ ਹੈ ਹੀ ਨਹੀਂ, ਤੁਸੀਂ ਫਿਰ ਅੱਜ ਵਟਸਐਪ ਯੂਨੀਵਰਸਿਟੀ ਦਾ ਟੈਕਸਟ ਲੈ ਲਓ, ਫੇਸਬੁੱਕ ਯੂਨੀਵਰਸਿਟੀ ਦਾ ਟੈਕਸਟ ਲੈ ਲਓ, ਤੇ ਫਿਰ ਗੁਰੂ ਨਾਨਕ ਸਾਹਿਬ ਨੂੰ ਤੁਸੀਂ USA ਵੀ ਪਹੁੰਚਾ ਦਿਓ। ਇੱਕ YouTube ਤੇ ਇੱਕ ਵੀਡੀਓ ਹੈ ਗੁਰੂ ਨਾਨਕ ਇਨ USA ਅਮਰੀਕਾ, ਉਹ ਤੇ ਜਿੱਥੇ ਸਿੱਖ ਜਾ ਰਿਹਾ ਅੱਜ ਨੌਰਥ ਪੋਲ ਪਹੁੰਚ ਜਾਏਗਾ ਤੇ 10 ਸਾਲ ਬਾਅਦ ਉੱਥੇ ਵੀ ਗੁਰੂ ਨਾਨਕ ਸਾਹਿਬ ਆ ਜਾਣਗੇ, ਉਹ ਤੇ ਤੁਹਾਡੇ ਮਨ ਦੀ ਗੱਲ ਹੈ ਨਾ, ਬਿਲਕੁਲ। ਤੇ ਫਿਰ ਤੁਸੀਂ ਕਿੱਥੋਂ ਸ਼ੁਰੂ ਕਰੋਗੇ? ਤੁਸੀਂ ਅੱਜ ਮਾਡਰਨ ਹਿਸਟੋਰੀਅਨਸ ਦੀ ਗੱਲ ਲਓਗੇ, ਇਤਨੇ ਤਮਾਮ ਦਸਤਾਵੇਜ਼ ਲਿਖੇ ਨੇ, ਇਤਨੀ ਤਮਾਮ ਬੁੱਕਸ ਮਿਲੀਆਂ ਨੇ, ਇਤਨਾ ਕਨਫਿਊਜ਼ਨ ਹੈਗਾ, ਇਤਨਾ ਕਨਫਿਊਜ਼ਨ ਹੈਗਾ ਕਿ ਜਿੱਥੇ ਨਾ ਨਾਨਕਿੰਗ ਵਿੱਚ ਅਗਰ ਨਾਨਕ ਦੇ ਮਿਲਦੇ ਜੁਲਦੇ ਕੋਈ ਨਾ ਆ ਗਿਆ ਤੇ ਗੁਰੂ ਨਾਨਕ ਸਾਹਿਬ ਉੱਥੇ ਹੀ ਪਹੁੰਚ ਗਏ। ਅਮਰਦੀਪ ਜੀ ਥੋੜਾ ਜਿਹਾ ਇੱਕ ਮਿੰਟ ਗੱਲ ਇਸ ਨੂੰ ਮੈਂ ਮੁਕਾ ਦਾਂ, ਤੇ ਗੱਲ ਇਹ ਹੈ ਕਿ ਤੁਸੀਂ ਕਿੱਥੋਂ ਸ਼ੁਰੂ ਕਰੋਗੇ? ਹੁਣ ਤੁਸੀਂ ਤੁਹਾਡੇ ਕੋਲ ਡਾਕੂਮੈਂਟੇਸ਼ਨ ਸਿਰਫ ਅਰਲੀਐਸਟ ਜਨਮ ਸਾਖੀ ਟ੍ਰੈਡੀਸ਼ਨ ਵੀ ਹੈ, ਸਿਰਫ ਉਹੀ ਨੇ, ਉੱਥੋਂ ਸ਼ੁਰੂ ਕਰਨਾ ਪਏਗਾ। ਲੇਕਿਨ ਸਮਝਣ ਦੀ ਗੱਲ ਹੈ, ਤੁਸੀਂ ਅੱਜ ਤੁਸੀਂ ਜਨਮ ਸਾਖੀਆਂ ਨੂੰ ਮਿਥਿਹਾਸ ਕਹਿ ਕੇ ਸੁੱਟ ਨਹੀਂ ਸਕਦੇ ਤੁਹਾਡੇ ਕੋਲ, ਉਹ ਇੰਗਲਿਸ਼ ਦਾ ਟਰਮੀਨੋਲੋਜੀ ਹੈ ਨਾ ਕਿ ਯੂ ਕਾਂਟ ਥਰੋ ਦ ਬੇਬੀ ਵਿਦ ਦ ਬਾਥਟਬ। ਤੁਸੀਂ ਮਾਂ ਨੂੰ ਬੱਚੇ ਨੂੰ ਨਹਾਉਣਾ ਸੀਗਾ ਤਾਂ ਪਾਣੀ ਸੁੱਟਣਾ ਸੀਗਾ, ਤੁਸੀਂ ਪਾਣੀ ਤੇ ਬੱਚੇ ਨੂੰ ਉਠਾ ਕੇ ਟੱਬ ਦੇ ਨਾਲ ਹੀ ਸੁੱਟ ਦਿੱਤਾ, ਇਹ ਤੇ ਨਹੀਂ ਕਰ ਸਕਦੇ ਨਾ। ਤੇ ਤੁਹਾਡੇ ਕੋਲ ਤੇ ਜਿਹੜਾ ਇੱਕ ਦਸਤਾਵੇਜ਼ ਪਿਆ ਹੋਇਆ,
ਬੇਸ਼ੱਕ ਮੈਂ ਇੱਕ ਔਥਰ ਹਾਂ, ਮੈਂ ਲੋਸਟ ਹੈਰੀਟੇਜ ਦਾ ਸਿੱਖ ਲੈਗੇਸੀ ਇਨ ਪਾਕਿਸਤਾਨ ਦੀ ਦੋ ਬੁੱਕਸ ਲਿਖੀਆਂ ਨੇ ਪਾਕਿਸਤਾਨ 'ਚ ਸਫ਼ਰ ਕਰਕੇ, ਤੇ ਮੈਨੂੰ ਪਤਾ ਹੈ ਹਰਪ੍ਰੀਤ ਜੀ ਕਿ ਮੈਂ ਕਿੱਥੇ ਕੋਈ ਗਲਤੀ ਕਰ ਗਿਆ ਐਜ਼ ਅ ਔਥਰ, ਮੈਨੂੰ ਪਤਾ ਹੈ। ਲੇਕਿਨ ਮੈਂ ਉਹ ਲਿਖ ਗਿਆ ਜੋ ਉਹ ਅੱਜ ਉਹ ਡਾਕੂਮੈਂਟੇਸ਼ਨ ਹੋ ਗਈ, ਲੇਕਿਨ ਜਿਹੜਾ ਲਿਖਣ ਦਾ ਰੂਪ ਹੈ ਉਹ ਮੇਰਾ ਰੂਪ ਹੈਗਾ ਨਾ, ਮੈਂ ਉਸ ਤੋਂ ਇੱਕ ਆਪਣੇ ਇਮੋਸ਼ਨ ਦੇ ਹਿਸਾਬ ਨਾਲ ਲਿਖ ਰਿਹਾ, ਰਾਈਟ। ਤੇ ਅੱਜ ਤੋਂ 100 ਸਾਲ ਬਾਅਦ ਜੋ ਪੜ੍ਹੇਗਾ ਇਹ ਤੇ ਨਹੀਂ ਕਹਿ ਸਕਦਾ ਕਿ ਸਾਰਾ ਕੁਝ ਗਲਤ ਲਿਖ ਗਿਆ, 99% ਤੇ ਕੁਝ ਜਾਂ 98% ਤੇ ਇਸਨੇ ਸਹੀ ਲਿਖਿਆ ਹੀ ਹੈ ਨਾ। ਤੇ ਗੁਰੂ ਨਾਨਕ ਸਾਹਿਬ ਦੇ 65 ਸਾਲ ਬਾਅਦ ਭਾਈ ਗੁਰਦਾਸ ਜੀ ਤੁਹਾਨੂੰ ਲਿਖ ਰਹੇ ਨੇ, ਤੁਸੀਂ ਭਾਈ ਗੁਰਦਾਸ ਜੀ ਨੂੰ ਡਾਊਟ ਕਰ ਲਓ। ਉਹ ਤੇ ਕਹਿ ਰਹੇ ਨੇ ਕਿ ਭਾਈ ਚੱਲੇ ਨੇ ਮੱਕਾ ਬਗਦਾਦ ਸੁਮੇਰ ਪਰਬਤ, ਉਹ ਗੱਲ ਕਰ ਰਹੇ ਨੇ ਚੱਲੇ ਨੇ, ਔਰ ਉਹ ਗੱਲ ਇਹ ਵੀ ਕਰ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਚਲੇ ਨੇ, ਕੋਈ ਬਾਲਾ ਨਹੀਂ ਚੱਲਿਆ ਨਾਲ, ਸਿਰਫ ਦੋ ਸ਼ਖਸ ਚਲੇ ਨੇ। ਤੇ ਫਿਰ ਤੁਸੀਂ 165 ਈਅਰਸ ਤੋਂ ਲੈ ਕੇ 180 ਈਅਰਸ ਤੱਕ ਤੁਸੀਂ ਟੈਕਸਟ ਪੜ੍ਹੋ ਜਿਹੜੇ ਕਿ ਜੋ ਅਸੀਂ ਕਹਿੰਦੇ ਹਾਂ ਜਨਮ ਸਾਖੀ ਟ੍ਰੈਡੀਸ਼ਨ, ਸੀਹਾ ਉੱਪਲ, ਮਿਹਰਬਾਨ ਜਨਮ ਸਾਖੀ, B40, ਕੋਲ ਬਰੂਕ, ਸਫੀਸਾਬਾਦ ਜੋ ਅੰਗਰੇਜ਼ ਲੈ ਗਏ, ਇਹਨਾਂ ਦਾ ਤੁਸੀਂ ਸੰਗ੍ਰਹਿ ਬਣਾਓ। 180 ਸਾਲ ਤੱਕ ਦਾ ਜਿਹੜਾ ਸੰਗ੍ਰਹਿ ਬਣਦਾ ਹੈ ਉਹਦੇ ਅੰਦਰ ਸਿਰਫ ਦੋ ਸ਼ਖਸ ਚੱਲ ਰਹੇ ਨੇ, ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ। ਔਰ ਨਾਲ ਹੀ ਤੁਸੀਂ ਉਸ ਇਲਾਕੇ ਨੂੰ ਅਗਰ ਸਮੇਟ ਕੇ, ਉਹਨਾਂ ਦੇ ਵਿੱਚ ਵੇਰੀਐਂਸਿਸ ਵੀ ਨੇ, ਫਰਕ ਵੀ ਹੈ ਉਹਨਾਂ ਦੇ ਅੰਦਰ, ਲੇਕਿਨ ਬਹੁਤ ਚੀਜ਼ਾਂ ਮਿਲਦੀਆਂ ਨੇ। ਔਰ ਤੁਹਾਨੂੰ ਜਿਸ ਤਰ੍ਹਾਂ ਮਿਹਰਬਾਨ ਜਨਮ ਸਾਖੀ ਦੇ ਅੰਦਰ ਅਸੀਂ ਗੁਰੂ ਸਾਹਿਬ ਦੀ ਸਕਸੈਸ਼ਨ ਦੇ ਇਸ਼ੂ ਦੇ ਕਰਕੇ ਅਸੀਂ ਮਿਹਰਬਾਨ ਜਨਮ ਸਾਖੀ ਨੂੰ ਪਰੇ ਕਰਤਾ, ਸਭ ਤੋਂ ਜ਼ਿਆਦਾ ਤੁਹਾਨੂੰ ਜਿਹੜੀ ਗੁਰਬਾਣੀ ਦੀ ਰੈਫਰੈਂਸ ਮਿਲਦੀ ਹੈ ਤੁਹਾਨੂੰ ਉਸ ਦਸਤਾਵੇਜ਼ ਤੋਂ ਮਿਲਦਾ ਹੈ, ਜਨਮ ਸਾਖੀ ਦੇ ਜਿਹੜਾ ਮਿਹਰਬਾਨ ਜਨਮ ਸਾਖੀ ਤੋਂ। ਤੇ ਮੈਂ ਤੇ ਕਿਸੇ ਚੀਜ਼ ਨੂੰ ਸੁੱਟ ਨਹੀਂ ਸਕਦਾ, ਅਸੀਂ ਸਾਰਾ ਉਸਦਾ ਸੰਗ੍ਰਹਿ ਬਣਾ ਕੇ ਇਕੱਠਾ ਕਰਨਾ ਹੈ, ਉਹਨੂੰ ਸਮਝ ਕੇ ਅਸੀਂ ਫਿਰ ਇੱਕ ਮੈਪਿੰਗ ਕਰਨੀ ਹੈ। ਤੇ ਜਦੋਂ ਉਸ ਸੰਗ੍ਰਹਿ ਨੂੰ ਤੁਸੀਂ ਅੱਗੇ ਰੱਖਦੇ ਹੋ ਤੇ ਤੁਹਾਡੇ ਕੋਲ ਦੋ ਤਿੰਨ ਚੀਜ਼ਾਂ ਆਉਂਦੀਆਂ ਨੇ, ਭਾਈ ਗੁਰੂ ਨਾਨਕ ਸਾਹਿਬ ਔਰ ਭਾਈ ਮਰਦਾਨਾ ਹੀ ਚੱਲ ਰਹੇ ਨੇ। 185 ਸਾਲ ਤੋਂ ਬਾਅਦ ਜਿਹੜੇ ਟੈਕਸਟ ਆ ਰਹੇ ਨੇ ਉਹਦੇ ਅੰਦਰ ਤੀਜਾ ਸ਼ਖਸ ਆ ਜਾਂਦਾ ਹੈ, ਉਸ ਤੋਂ ਬਾਅਦ ਸਫ਼ਰ ਵੀ ਹੋਰ ਵੱਧਦਾ ਜਾਂਦਾ ਹੈ। ਅੱਜ ਦੇ ਜ਼ਮਾਨੇ 'ਚ ਸਫ਼ਰ ਵੱਧਦਾ ਹੀ ਗਿਆ, ਤੇ ਪੁਰਾਣੇ ਟਾਈਮ ਦੇ ਨਾਲ ਤੁਸੀਂ ਅਗਰ ਸੰਗ੍ਰਹਿ ਬਣਾ ਕੇ ਅੱਗੇ ਰੱਖੋ ਤੇ ਉਹ ਅੱਜ ਦਾ ਇਲਾਕਾ ਜਿਹੜਾ ਹੈ 9 ਮੁਲਕਾਂ 'ਚ ਵੰਡਿਆ ਹੋਇਆ। 9 ਮੁਲਕ ਕਿਹੜੇ ਨੇ? ਪਾਕਿਸਤਾਨ, ਅਫਗਾਨਿਸਤਾਨ, ਇਰਾਕ, ਇਰਾਨ, ਸਾਊਦੀ ਅਰੇਬੀਆ, ਇੰਡੀਆ, ਤਿੱਬਤ, ਬੰਗਲਾਦੇਸ਼ ਔਰ ਸ਼੍ਰੀਲੰਕਾ। ਹੁਣ ਇਸ ਤੋਂ ਇਲਾਵਾ ਤੁਸੀਂ ਕਹੋ ਕਿ ਗੁਰੂ ਨਾਨਕ ਸਾਹਿਬ ਤੇ ਹੁਣ ਇੰਡੀਆ ਦੇ ਅੰਦਰ ਹੀ, ਅਗਰ ਤੁਸੀਂ ਕਹੋ ਕਿ ਅੱਜ ਇੰਡੋ ਚਾਈਨਾ ਬਾਰਡਰ ਦੇ ਲਾਗੇ ਜਿੱਥੇ ਪੰਜਾਬੀ ਆਰਮੀ ਜਾਂ ਇੰਡੀਅਨ ਸਿੱਖ ਰੈਜੀਮੈਂਟ ਪੋਸਟਡ ਹੋਈ ਹੈ, 10 ਸਾਲ ਬਾਅਦ ਇੱਕ ਸਰਵ ਧਰਮ ਸਥਲ ਜਿਹੜਾ ਖੁੱਲਦਾ ਹੈ, 10 ਸਾਲ ਬਾਅਦ ਗੁਰੂ ਨਾਨਕ ਸਾਹਿਬ ਉੱਤੇ ਪਹੁੰਚ ਜਾਂਦੇ ਨੇ। ਹੁਣ ਅਸੀਂ ਉਹਨਾਂ ਬਟਸ ਐਂਡ ਇਫਸ ਵਿੱਚ ਨਹੀਂ ਜਾ ਰਹੇ ਹਾਂ, ਅਸੀਂ ਗੱਲ ਕਰ ਰਹੇ ਹਾਂ ਕਿ ਇਹਨਾਂ 9 ਮੁਲਕਾਂ 'ਚ ਚੱਲੇ ਨੇ, ਇਹਨਾਂ 9 ਮੁਲਕਾਂ ਦਾ ਅਸੀਂ ਸੰਗ੍ਰਹਿ ਬਣਾ ਕੇ ਉਹਨਾਂ ਮਲਟੀ ਫੇਥ ਸਾਈਟਸ ਦੇ ਅੰਦਰ ਜਾ ਕੇ, ਔਰ ਅੱਜ ਵੀ ਅਗਰ ਤੁਸੀਂ ਦੇਖ ਲਓ ਗੁਰੂ ਨਾਨਕ ਸਾਹਿਬ ਦਾ ਸਾਰਾ ਫੋਕਸ ਸਿੱਖ ਜਗਤ ਦੇ ਅੰਦਰ ਇਹੀ ਹੈ ਕਿ ਗੁਰਦੁਆਰੇ ਜਾ ਕੇ ਗੁਰੂ ਨਾਨਕ ਭਾਈ ਸਾਹਿਬ ਤੁਹਾਨੂੰ ਦੱਸਣਗੇ ਗੁਰੂ ਨਾਨਕ ਸਾਹਿਬ ਇੱਥੇ ਆਏ ਸਨ। ਨਹੀਂ, ਗੁਰੂ ਨਾਨਕ ਸਾਹਿਬ ਤੇ ਉੱਥੇ ਨਹੀਂ ਆਏ ਸਨ, ਤੁਸੀਂ ਜ਼ਮੀਨ ਖਰੀਦੀ ਹੈ ਬਾਅਦ ਵਿੱਚ, ਤੁਸੀਂ ਗੁਰਦੁਆਰਾ ਬਣਾਇਆ ਉੱਥੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਤੇ ਉਹਨਾਂ ਮਲਟੀ ਫੇਥ ਸਾਈਟਸ 'ਚ ਗਏ ਨੇ। ਅਗਰ ਗੁਰੂ ਨਾਨਕ ਸਾਹਿਬ ਨੂੰ ਸਮਝਣਾ ਹੈ ਤੁਸੀਂ ਉਹਨਾਂ ਮਲਟੀ ਫੇਥ ਸਾਈਟ 'ਚ ਜਾਣਾ ਹੋਏਗਾ। ਤੇ ਲਾਸਟ ਚੀਜ਼ ਮੈਂ ਇਸ ਤੇ ਕਹਿਣਾ ਕਿ ਉਸੀ ਸੰਗ੍ਰਹਿ ਦੇ ਅੰਦਰ ਸਿਰਫ ਫਿਜ਼ੀਕਲ ਸਾਈਟਸ, ਮਲਟੀ ਫੇਥ ਸਾਈਟਸ ਦੀ ਗੱਲ ਨਹੀਂ ਕਰ ਰਹੇ ਹਾਂ ਅਸੀਂ, ਅਸੀਂ ਗੱਲ ਕਰ ਰਹੇ ਹਾਂ ਜਿਹੜੇ ਸ਼ਬਦਾਂ ਦੀ। ਇੱਕ ਸੰਗ੍ਰਹਿ ਬਣਦਾ ਹੈ 150 ਤੋਂ ਉੱਪਰ ਤੇ ਮਲਟੀ ਫੇਥ ਸਾਈਟਸ ਨੇ 9 ਮੁਲਕਾਂ ਦੇ ਅੰਦਰ, ਉਸ ਤੇ ਉੱਪਰ 150 ਤੋਂ ਉੱਪਰ, 160 170 ਦੇ ਉੱਪਰ ਦੇ ਸ਼ਬਦ ਹੈਗੇ, ਤੇ ਉਹਨਾਂ ਤੁਸੀਂ ਸੰਗ੍ਰਹਿ ਮਿਲਾ ਕੇ ਇੱਕ ਦਸਤਾਵੇਜ਼ ਖੜਾ ਕਰ ਰਹੇ ਹੋ, ਤੁਸੀਂ ਇੱਕ ਐਲੇਗਰੀ ਟੈਪਿਸਟਰੀ ਗੁਰੂ ਨਾਨਕ ਸਟਾਈਲ ਬਣਾ ਰਹੇ ਹੋ। ਮੈਂ ਕਹਿਣਾ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਗਲਤੀਆਂ ਵੀ ਕਰਾਂਗੇ ਬੜੀ, ਬਿਲਕੁਲ। ਮੈਂ ਇਹ ਨਹੀਂ ਕਹਿਣਾ ਅਸੀਂ ਕੋਈ ਪਰਫੈਕਟ ਚੀਜ਼ ਬਣਾ ਰਹੇ ਹਾਂ, ਲੇਕਿਨ ਅਸੀਂ ਅਗਰ ਮੈਂ ਗਲਤੀ ਕਰ ਵੀ ਰਿਹਾ ਤੇ ਗੁਰਬਾਣੀ ਸਾਡੀ ਟੇਕ ਹੈ, ਗੁਰਬਾਣੀ ਸਾਨੂੰ ਉਸ ਪੱਲੜੇ ਤੇ ਲੈ ਕੇ ਜਾਏਗੀ। ਕੁਛ ਸਮਝਿਆ ਤੇ ਹੈ, ਚਲੋ ਬੇਸ਼ਕ ਇਨਸਾਨ ਨੇ ਗਲਤੀ ਕਰ ਦਿੱਤੀ, ਲੇਕਿਨ ਮੈਂ ਗੁਰਬਾਣੀ ਦੇ ਥਰੂ ਕੁਛ ਸਿੱਖਿਆ ਤੇ ਹਾਂ। ਬਿਲਕੁਲ ਬਿਲਕੁਲ ਅਮਰਦੀਪ ਜੀ, ਵਿਰਾਸਤ ਇਹੋ ਹੁੰਦੀ ਆ ਕਿ ਜੋ ਤੁਸੀਂ ਕੀਤਾ ਤੁਹਾਡੇ ਰੈਫਰੈਂਸ ਤੋਂ ਕੋਈ ਅਗਲਾ ਤੁਰੇਗਾ ਤੇ ਉਹਦੇ ਕੋਲ ਇੱਕ ਰੈਫਰੈਂਸ ਹੋਏਗਾ, ਉਹ ਉਸ ਤੋਂ ਬਿਹਤਰ ਚੀਜ਼ ਬਣਾਏਗਾ, ਅਗਲਾ ਉਸ ਤੋਂ ਬਿਹਤਰ ਬਣਾਏਗਾ। ਥੋੜਾ ਜਿਹਾ ਇਹ ਸਮਝਣ ਦੀ ਲੋੜ ਹੈ, ਇਹ ਸਮਝਾਓ ਕਿ ਇਸ ਦੌਰ ਦੀ ਮਾਡਰਨ ਐਜੂਕੇਸ਼ਨ ਦੀ ਇੱਕ ਆਪਣੀ ਰਿਸਰਚ ਮੈਥੋਡੋਲੋਜੀ ਹੈ, ਉਹਦਾ ਹਿਸਟਰੀ ਨੂੰ ਵੇਖਣ ਦਾ ਇੱਕ ਆਪਣਾ ਤਰੀਕਾ ਆ, ਉਸਦੇ ਵਿੱਚ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਰੱਦ ਵੀ ਕਰ ਦਿੰਦੇ ਨੇ। ਜਨਮ ਸਾਖੀ ਪਰੰਪਰਾ, ਓਰਲ ਟ੍ਰੈਡੀਸ਼ਨ ਤੇ ਮਾਡਰਨ ਹਿਸਟਰੀ ਦੋਵਾਂ ਦੇ ਵਿੱਚ ਫਰਕ ਦੇ ਵਿੱਚ ਅਸੀਂ ਜਨਮ ਸਾਖੀ ਨੂੰ ਸਮਝਣਾ ਬਿਹਤਰ ਜ਼ਰੂਰੀ ਕਿਉਂ ਹੈ ਤੇ ਇਹਨੂੰ ਮਾਡਰਨ ਹਿਸਟੋਰੀਅਨ ਕਿਉਂ ਇਹਨੂੰ ਨਾਲ ਲੈ ਕੇ ਚੱਲਣ? ਚਲੋ, ਮੈਂ ਤੁਹਾਨੂੰ ਇੱਕ ਬਹੁਤ ਚੰਗਾ ਸਵਾਲ ਕੀਤਾ ਤੁਸੀਂ, ਫਿਰ ਗੱਲ ਆ ਜਾਂਦੀ ਹੈ ਐਲੇਗਰੀ ਦੀ, ਬਿਲਕੁਲ ਕਿਸੇ ਇੱਕ ਰੁੱਝੀ ਹੋਈ ਗੱਲ ਨੂੰ ਸਮਝਣ ਦੀ ਨਾ। ਦੇਖੋ, ਤੁਸੀਂ ਸੁੱਟ ਦੋ, ਤੁਸੀਂ ਬੇਬੀ ਤੇ ਬਾਅਦ ਤੁਸੀਂ ਬੇਬੀ ਨੂੰ ਨਹਾਉਣ ਵਾਸਤੇ ਲੈ ਕੇ ਗਏ ਸੀਗੇ, ਟੱਬ ਦੇ ਅੰਦਰ ਬਿਠਾਇਆ ਤੇ ਤੁਸੀਂ ਪਾਣੀ ਸੁੱਟਣਾ ਸੀਗਾ, ਨਾਲ ਬੇਬੀ ਨੂੰ ਵੀ ਸੁੱਟ ਦੋ, ਸਾਰਾ ਕੁਝ ਸੁੱਟ ਦੋ, ਫਿਰ ਬੱਚਿਆ ਕੀ? ਫਿਰ ਤਾਂ ਕੁਝ ਨੀ ਬੱਚਿਆ ਨਾ।
अगर तुहाडी केपेबिलिटी नहीं है, तुहाडी अगर उस चीज नूं समझण दी माइंड दे अंदर डेवलपमेंट नहीं है जे, इहदा मतलब तुसीं जजमेंट ना पास करो कि इह बेकार दी चीज है। क्योंकि साडे नानक नाम लेवा, नानक प्रेमी नहीं किसी ने लिखी है ना, गलत लिखी होएगी, वह भी इंसान है जी। लेकिन उदे हर इंसान दे काम दे अंदर कुछ होंदा है छुपया है, ये तुहाडा काम है इसनूं समझना ते उसनूं निखेरना ते उसनूं कढ़ना, उस चो चीज नूं कढ़ना। मैं एक छोटी जी एग्जाम्पल तुहानूं दसना, देखो एलेगरी नूं असीं फैला उहनूं उहनूं निखार के समझण की कोशिश कर रहे हैं पूरी डॉक्यू सीरीज के अंदर। हुण मैं एक जगह लैके जाना तुहानूं, आसा देश। हुण आसा देश कित्थे है? ईस्ट इंडिया च कहिंदे ने, गुरु नानक साहिब आसा देश गए। आसा देश अज दा जिहड़ा असाम दा इलाका, एग्जैक्टली असाम दा इलाका ते नहीं है, उस तो वड्डा पूरा इलाका जिहड़ा आसा देश सीगा ईस्ट इंडिया दे अंदर, जिहदा एक अंश अज असाम हैगा। और उत्थे उस जमाने विच हुण गुरु नानक साहिब दे टाइम ते नाथ प्रथा ते बहुत वड्डी प्रथा सीगी, पंजाब अफगानिस्तान पाकिस्तान इंडिया और नेपाल तक बड़ी वड्डा वड्डी प्रथा सीगी। लेकिन आसा देश दे अंदर तांत्रिक प्रैक्टिसेस बहुत ज्यादा मनी जांदियां सीगियां, उत्थे नाथ इन्फ्लुएंस घट सीगा, उत्थे तांत्रिज्म दा इन्फ्लुएंस ज्यादा सीगा, जिन्हों असी शैविज्म दे अंदर मनदे आ, शैवाइट वर्शिप दे अंदर, शिव भक्ति दे अंदर फेमिनिन फोर्स, शिव भक्ति दे नाल जिहड़ी फेमिनिन फोर्स, जिहड़ी एक लेडी एक पावर, एक वुमेन पावर दा तांत्रिक एलीमेंट उत्थे बड़ा प्रेविलेंट सीगा जी। हुण जन्म साखी आर्टवर्क दे अंदर एक आंदा है, एक आर्टवर्क जिहड़ी है कि जिहदे अंदर, और जन्म साखी लिखिया भी आंदा है, जिहदे करके अज दी जिहड़ी पनीरी और अज दे अकैडमिशियंस ने उहनूं रद्द कर देणगे एक कह के कि इह ते मिथ्यास है। उहदे अंदर इह है कि गुरु नानक साहिब ते भाई मरदाना आसा देश जांदे ने, ते उत्थे जिहड़ी लेडीज हैगियां ਉਹ ਤਾਂਤਰਿਕ ਇਨਫਲੂਐਂਸ ਦੀ ਵਾਲੀ ਲੇਡੀਜ਼ ਜਿਹੜੀ ਨੇ ਉਹਨਾਂ ਨੂੰ ਭਾਈ ਮਰਦਾਨਾ ਨੂੰ ਫੜ ਲੈਂਦੀ ਨੇ ਤੇ ਭਾਈ ਮਰਦਾਨਾ ਨੂੰ ਇੱਕ ਬੱਕਰਾ ਬਣਾ ਦਿੰਦੀ ਨੇ ਤੇ ਨਾਲ ਉਹ ਪੇਂਟਿੰਗ ਜਿਹੜਾ ਜਿਸਨੇ ਪੇਂਟਿੰਗ ਬਣਾਈ ਹੈ ਉਸਨੇ ਦਿਖਾਇਆ ਕਿ ਗੁਰੂ ਨਾਨਕ ਸਾਹਿਬ ਲੇਡੀਜ਼ ਨਾਲ ਗੱਲ ਕਰ ਰਹੇ ਨੇ ਤੇ ਥੱਲੇ ਇੱਕ ਬੱਕਰਾ ਖੜਾ ਹੈ ਤੇ ਬੱਕਰੇ ਦੇ ਨਾਲ ਰਬਾਬ ਪਈ ਹੋਈ ਹੈ ਨਾ। ਹੁਣ ਗੱਲ ਇਹ ਆਉਂਦੀ ਹੈ ਉਹ ਪੇਂਟਿੰਗ ਨੂੰ ਦੇਖੋਗੇ ਤੇ ਭਾਈ ਤੁਸੀਂ ਤੇ ਮੈਂ ਤੇ ਉਹਨੂੰ ਕਹਿ ਦਾਂਗੇ, ਇਨਕਾਰ ਕਰ ਦਾਂਗੇ। ਮੈਂ ਤੇ ਕਾਫੀ ਟਾਈਮ ਤੱਕ ਇਨਕਾਰ ਹੀ ਕਰਦਾ ਰਿਹਾ ਨਾ ਉਸਨੂੰ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਯਾਰ, ਤੁਸੀਂ ਕੀ ਕਹਿ ਕੀ ਰਹੇ, ਮਿਥਿਹਾਸ ਹੈਗਾ। ਹੁਣ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਗੁਰੂ ਨਾਨਕ ਸਾਹਿਬ ਦਾ ਸ਼ਬਦ ਕੀ ਕਹਿ ਰਿਹਾ ਹੈ? ਉਹ ਗੱਲ ਕਰ ਰਿਹਾ ਹੈ ਕਿ ਇਨਸਾਨ ਦੀ ਜਿਹੜੀ ਮਤ ਹੈ ਨਾ, ਰੋਂਗ ਇਨਫਲੂਐਂਸ ਦੇ ਆ ਕੇ ਅੰਦਰ ਇੱਕ ਭੇੜ ਚਾਲ ਵਿੱਚ ਆ ਜਾਂਦੀ ਹੈ। ਬਿਲਕੁਲ। ਤੇ ਗੁਰੂ ਨਾਨਕ ਸਾਹਿਬ ਦੇ ਨਾਲ ਜਿਹੜੇ ਭਾਈ ਮਰਦਾਨਾ ਜੀ ਵੀ ਚੱਲੇ ਨੇ ਤੇ ਠੀਕ ਹੈ, ਐਜ਼ ਐਨ ਇਨਸਾਨ ਚੱਲੇ ਨੇ, ਦੋਵੇਂ ਐਜ਼ ਐ ਇਨਸਾਨ ਹੀ ਨੇ ਨਾ, ਤੇ ਭਾਈ ਮਰਦਾਨਾ ਜੀ ਭੇੜ ਚਾਲ ਵਿੱਚ ਆ ਗਏ ਆਪਣੀ ਮਤ ਦੇ ਨਾਲ। ਇੱਕ ਸਭ ਤੋਂ ਵੱਡਾ ਤੋਂ ਵੱਡਾ ਗੁਰੂ ਵੀ ਹੁੰਦਾ ਹੈ, ਅਗਰ ਬਹੁਤ ਪੋਚੀ ਵੀ ਹਸਤੀ ਹੁੰਦੀ ਹੈ, ਕਦੀ ਨਾ ਕਦੀ ਤੇ ਕੁਛ ਆਪਣੀ ਇੰਟੈਲੀਜੈਂਸ ਤੋਂ ਕੁਛ ਚੀਜ਼ ਪਰੇ ਕਰ ਸਕਦਾ ਨਾ, ਇਨਸਾਨ ਤੇ ਇਨਸਾਨ ਹੀ ਹੈ। ਤੇ ਭਾਈ ਮਰਦਾਨਾ ਜੀ ਭੇੜ ਚਾਲ 'ਚ ਆ ਗਏ, ਉਹਨਾਂ ਵੁਮੈਨ ਦੇ ਪਾਵਰ 'ਚ ਫਸ ਗਏ, ਤਾਂਤਰਿਕ ਪਾਵਰ 'ਚ ਫਸ ਗਏ, ਉਹਨਾਂ ਦੀ ਸੋਚਣ ਦੀ ਕੇਪੇਬਿਲਿਟੀ ਘੱਟ ਹੋ ਗਈ। ਭੇੜ ਚਾਲ ਦਾ ਮਤਲਬ ਕੀ ਹੈ? ਇੱਕ ਅੱਗੇ ਭੇੜ ਚੱਲ ਰਹੀ ਹੈ ਤੇ ਉਹਦੇ ਪਿੱਛੇ ਦੂਜੀ ਚੱਲ ਰਹੀ ਹੈ, ਤੀਜੀ ਚੱਲਦੀ ਹੈ, ਅੱਗੇ ਲਈ ਜਿੱਥੇ ਜਾਏਗੀ ਉਹਦੇ ਪਿੱਛੇ ਪਿੱਛੇ ਸਾਰੀ ਲਾਈਨ ਚੱਲੇਗੀ। ਭੇੜ ਚਾਲ ਤੇ ਉਹੀ ਹੈ ਨਾ, ਤੇ ਉਹਦੀ ਮਤ ਜਿਹੜੀ ਹੈ ਭੇੜ ਬਣ ਗਈ। ਤੇ ਗੱਲ ਤੇ ਸਿਰਫ ਇਹੀ ਹੈ ਨਾ, ਗੁਰਬਾਣੀ ਦੇ ਸ਼ਬਦ ਨਾਲ ਤੁਸੀਂ ਉਹਨੂੰ ਸਮਝੋਗੇ, ਫਿਰ ਕਹੋਗੇ ਯਾਰ ਇਹ ਪੇਂਟਿੰਗ ਦੇ ਅੰਦਰ ਤੇ ਇੱਕ ਆਰਟਿਸਟ ਨੇ ਬਣਾਇਆ ਹੈ ਨਾ ਯਾਰ, ਇੱਕ ਆਰਟਿਸਟ ਦੀ ਕ੍ਰੀਏਟਿਵਿਟੀ ਨੂੰ ਰਿਸਪੈਕਟ ਕਰੀਏ ਨਾ। ਹੁਣ ਮੇਰੀ ਜਿਹੜੀ ਡਾਟਰ ਹੈ, ਸਾਡੀ ਐਲੇਗਰੀ ਦਾ ਜਿਹੜਾ ਥੀਮ ਆਰਟਵਰਕ ਹੈ, ਜਿਹੜੀ ਹਰ ਐਪੀਸੋਡ ਦੇ ਸ਼ੁਰੂ ਚ ਖੁੱਲਦਾ ਪਿਆ, ਜਿਹਦੇ ਅੰਦਰ ਅਸੀਂ ਆਪਣੀ ਮੇਰੀ ਡਾਟਰ ਸਾਡੀ ਡਾਟਰ ਜਿਹੜੀ ਹੈਗੀ ਉਹ ਉਹਨੇ ਬੈਚਲਰ ਆਫ ਫਾਈਨ ਆਰਟਸ ਕੀਤੀ ਹੈ ਔਨ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ, ਤੇ ਉਹ ਆਰਟਿਸਟ ਹੈਗੀ, ਤੇ ਅਸੀਂ ਉਹਨੂੰ ਕਿਹਾ ਕਿ ਤੈਨੂੰ ਅਸੀਂ ਕਮਿਸ਼ਨ ਕਰ ਰਹੇ ਹਾਂ ਤੂੰ ਇੱਕ ਪੇਂਟਿੰਗ ਬਣਾ ਗੁਰੂ ਨਾਨਕ ਸਾਹਿਬ ਦੀ। ਤੇ ਜਦੋਂ ਅਸੀਂ ਉਹਨੂੰ ਚੀਜ਼ਾਂ ਦਿਖਾਉਣੀ ਸ਼ੁਰੂ ਕੀਤੀ ਤੇ ਉਹਨੂੰ ਕੁਝ ਵੀ ਚੀਜ਼ ਜਿਹੜੀ ਪਾਸਟ ਪੇਂਟਿੰਗ ਵਿੱਚ ਕੁਝ ਸਮਝ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਿਆ। ਜਿਵੇਂ ਅਕਸਰ ਅਸੀਂ ਦਿਖਾਉਂਦੇ ਹਾਂ ਗੁਰੂ ਨਾਨਕ ਸਾਹਿਬ ਦੀ ਉਦਾਸੀਆਂ, ਇੱਕ ਪੈਰ ਦਿਖਾ ਰਹੇ ਹਾਂ ਪਹਾੜਾਂ ਦੇ ਉੱਪਰੋਂ ਜਾ ਰਿਹਾ ਹੈ, ਕੁਝ ਹੋਰ ਚੀਜ਼ ਦਿਖਾ ਰਿਹਾ, ਉਹਨੇ ਉਹ ਕਹਿੰਦੀ ਹੈ ਡੈਡ ਆਈ ਡੋਂਟ ਲਾਈਕ ਐਨੀ ਆਫ ਦੀਸ। ਤੇ ਅਸੀਂ ਕਿਹਾ ਕਿ ਤੂੰ ਕੀ ਕਰਨਾ ਚਾਹੁੰਦੀ ਹੈ, ਤੇ ਫਲੈਕਸੀਬਿਲਿਟੀਜ਼ ਦੱਸ, ਵੀ ਡੋਂਟ ਵਾਂਟ ਟੂ ਇੰਪੋਜ਼ ਐਨੀਥਿੰਗ। ਉਹਨੇ ਬੈਠ ਕੇ 24 ਐਪੀਸੋਡ ਦੇਖੇ, ਹੁਣ 24 ਐਪੀਸੋਡ ਨੇ ਇੱਕ ਇੱਕ ਸ਼ਖਸ ਨੂੰ ਕੱਢਿਆ ਹਰ ਇੱਕ ਐਪੀਸੋਡ ਵਿੱਚੋਂ, ਕਲਚਰ ਇਮਾਰਤ ਨੇਚਰ ਕੱਢ ਕੇ ਉਸਨੇ ਇੱਕ ਕੋਲਾਜ ਬਣਾਇਆ ਜੋ ਤੁਸੀਂ ਹਰ ਥੀਮ ਵਿੱਚ ਦੇਖਦੇ ਪਏ ਹੋ, ਉਸਦਾ ਬਣਾਇਆ ਹੋਇਆ। ਅਸੀਂ ਉਸਨੂੰ ਨਹੀਂ ਕਿਹਾ ਸੀਗਾ, ਉਸਨੇ ਇੱਕ ਐਜ਼ ਐਨ ਆਰਟਿਸਟ ਨੇ ਬਣਾਇਆ, ਲੇਕਿਨ ਉਸਨੇ ਖੂਬੀ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਨਹੀਂ ਦਰਸਾਇਆ ਉਸ ਦਿਨ ਦਾ। ਉਹ ਕਹਿੰਦੀ ਮੈਂ ਗੁਰੂ ਨਾਨਕ ਸਾਹਿਬ ਨੂੰ ਨਹੀਂ ਦਰਸਾਉਣਾ, ਗੁਰੂ ਨਾਨਕ ਸਾਹਿਬ ਦੇ ਸਫ਼ਰ ਨੂੰ ਇੱਕ ਰਿਵਰ ਆਫ ਲਾਈਫ ਦੇ ਥਰੂ ਮੈਂ ਦਿਖਾਉਣਾ ਹੈ। ਰਿਵਰ ਆਫ ਲਾਈਫ ਨਨਕਾਣਾ ਸਾਹਿਬ ਇੱਕ ਪਾਸੇ ਹੈ, ਕਰਤਾਰਪੁਰ ਦੀ ਸ਼ਾਸੀ ਇੱਕ ਪਾਸੇ ਹੈ, ਅੱਗੇ ਸਾਰੇ ਸ਼ਖਸ ਖੜੇ ਨੇ ਜਿਹਦੇ ਅੰਦਰ ਕਬੀਰ ਨੇ, ਜਿਹਦੇ ਅੰਦਰ ਬਾਬਾ ਫਰੀਦ ਨੇ, ਜਿਹਦੇ ਅੰਦਰ ਨਾਥ ਜੋਗੀ ਨੇ, ਜਿਹਦੇ ਅੰਦਰ ਹਰ ਹਰ
मत दे बंदे ने बॉल जो बंगाल दे बॉल सिंगर भगत जयदूप नु मलन वाले ने वो एक सज्जे पासे ने ते पिछे पिछे जिहड़ी तुहाडी अलग अलग साइट्स जिहड़ियां ने जिहड़ी मल्टी फेज साइट जिथे हो गए ने फिर नेचर एलीमेंट्स ते ए उहदे बणाउण दा तरीका है ना ते उसके अंदर असी इफ्स एंड बट्स करिए ते कढ सकदे हो तुसी लेकिन बनाया ते उसी ने ना उसनु समझण दी कोशिश है ना बिल्कुल गल तो यही है बस बड़ी खूबसूरत चीज है कि जिहड़ियां तुहाडियां डॉक्यूमेंट्रियां मैं दो वेखियां ते अगे भी आपां देखांगे उहदे विच की है कि तुसी एक साखी चुनदे हो फिर साखी दे हवालियां च जांदे हो फिर साखी दे हवालियां च शहर नूं जाके लिंक करदे हो उहदे विच तुसी दूसरे कल्चर दे विच जाके गुरु नानक पातशाह दीआं चीज़ां दा नज़रिया समझदे हो फिर जाके तुसी गुरुद्वारे तक पहुँचदे हो ते विच नाल तुसी जदों गुरबाणी दा व्याख्या हुंदी है उसदे विच भाई मरदाना दी पीढ़ी नूं साडे नाल मुखातब करवाउंदे हो तुसी हर सुख हर सखियां कोल जांदे हो इस दे बारे दसो कि इह नज़रिया की सी ਕਿ ਉਹ ਬਹੁਤ ਖੂਬਸੂਰਤ ਸੀ ਜਦੋਂ ਅਸੀਂ ਹਰ ਸਖੀਆਂ ਨੂੰ ਸੁਣਦੇ ਹਾਂ ਜਦੋਂ ਅਸੀਂ ਭਾਈ ਮਰਦਾਨਾ ਦੇ ਵਾਰਸਾਂ ਨੂੰ ਸੁਣਦੇ ਹਾਂ ਤੇ ਤੁਸੀਂ ਦੋ ਸਵਾਲ ਪੁੱਛੇ ਨੇ ਸਵਾਲ ਤਾਂ ਇੱਕੋ ਹੀ ਪੁੱਛਿਆ ਲੇਕਿਨ ਜਵਾਬ ਮੈਂ ਦੋ ਪੱਖ ਵਿੱਚ ਦੇਵਾਂਗਾ ਜੇਕਰ ਮੈਂ ਭੁੱਲ ਵੀ ਗਿਆ ਤੁਸੀਂ ਮੈਂ ਦੂਜੇ ਪੱਖ ਨੂੰ ਫੜ ਲੈਣਾ ਇੱਕ ਪੱਖ ਹੈਗਾ ਤੁਸੀਂ ਗੱਲ ਕਰ ਰਹੇ ਹੋ ਐਪੀਸੋਡ 2 ਦੇ ਐਂਡ ਵਿੱਚ ਜਿਹੜੇ ਭਾਈ ਮਰਦਾਨਾ ਦੇ ਔਰ ਸਲੀਮਾ ਦਾ ਸਿੰਗਿੰਗ ਦਾ ਇਸ ਨੂੰ ਕਿਉਂ ਅਸੀਂ ਲੈ ਕੇ ਆਏ ਇੱਕ ਪੱਖ ਹੀ ਹੈ ਸਵਾਲ ਦੇ ਜਵਾਬ ਦਾ ਦੂਜਾ ਹੈਗਾ ਇੱਕ ਸਟਰਕਚਰ ਜਿਹਦੇ ਅੰਦਰ ਤੁਸੀਂ ਕਲਚਰ ਦਿਖਾ ਰਹੇ ਹੋ ਉਸ ਜਗ੍ਹਾ ਦੇ ਬਾਰੇ ਚ ਗੱਲ ਕਰ ਰਹੇ ਹੋ ਸ਼ਬਦਾਂ ਨਾਲ ਦਿਖਾ ਰਹੇ ਹੋ ਉਹ ਮਲਟੀ ਫੇਸ ਸਾਈਟ ਦਿਖਾ ਰਹੇ ਹੋ ਫਿਰ ਤੁਸੀਂ ਗੁਰਦੁਆਰੇ ਚ ਆ ਰਹੇ ਹੋ ਹਨਾ ਇਹ ਦੋ ਅਲੱਗ ਅਲੱਗ ਆਨਸਰ ਦੇ ਕੇ ਤੇ ਪਹਿਲਾ ਆਨਸਰ ਅਸੀਂ ਕਰੀਏ ਦੇਖੋ ਜੀ ਗੁਰੂ ਨਾਨਕ ਸਾਹਿਬ ਦੇ ਇਸ 24 ਐਪੀਸੋਡ ਦੇ ਸਫ਼ਰ ਦੇ ਅੰਦਰ 23rd ਐਪੀਸੋਡ ਦੇ ਅੰਦਰ ਜਾ ਕੇ 23rd ਐਪੀਸੋਡ ਦੇ ਜਾ ਕੇ ਗੁਰੂ ਨਾਨਕ ਸਾਹਿਬ ਦੇ ਨਾਲ ਉਹਨਾਂ ਦੇ ਜੀਵਨ ਦੇ ਜਿਹੜੇ ਸਾਥੀ ਸਨ ਭਾਈ ਮਰਦਾਨਾ ਵਿਦਾ ਲੈਣਗੇ ਪਹਿਲੇ ਐਪੀਸੋਡ ਤੋਂ ਅਸੀਂ ਝਲਕ ਲਿਆਏ ਹਾਂ ਐਜ਼ ਅ ਯੂਥ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਦਾ ਮੇਲ ਹੋ ਰਿਹਾ ਰਾਈਟ ਹੁਣ ਉਹਨਾਂ ਵਿਚਾਰ ਆ ਰਹੇ ਨੇ ਲੇਕਿਨ ਅਜੇ ਚੱਲੇ ਨਹੀਂ ਨੇ ਉਹ ਸੈਕਿੰਡ ਐਪੀਸੋਡ ਦੇ ਅੰਦਰ ਭਾਈ ਮਰਦਾਨਾ ਸੁਲਤਾਨਪੁਰ ਆਉਂਦੇ ਨੇ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਨਾਲ ਰਹਿੰਦੇ ਨੇ ਫਿਰ ਥਰਡ ਐਪੀਸੋਡ ਤੇ ਚੱਲਣਾ ਸ਼ੁਰੂ ਹੁੰਦੇ ਨੇ ਦੋਵੇਂ ਉਹ ਥਰਡ ਤੋਂ ਲੈ ਕੇ 23 ਐਪੀਸੋਡ ਤੱਕ ਦੋਵੇਂ ਚੱਲਣਗੇ ਇਕੱਠੇ ਤੇ ਤੁਸੀਂ ਇਤਨੇ ਵੱਡੇ ਸਫ਼ਰ ਦੇ ਅੰਦਰ ਤੁਸੀਂ ਗੁਰੂ ਨਾਨਕ ਦੀ ਜ਼ਿੰਦਗੀ ਤੋਂ ਤੁਸੀਂ ਬਿਆਨ ਕਰ ਰਹੇ ਹੋ ਉਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਫਿਰ ਤੁਸੀਂ ਭਾਈ ਮਰਦਾਨਾ ਨੂੰ ਐਜ਼ ਅ ਜਸਟ ਐਜ਼ ਅ ਹਿਊਮਨ ਕੈਰੈਕਟਰ ਹੀ ਰੱਖੋਗੇ ਜੀ ਸਾਡਾ ਫਰਜ਼ ਨਹੀਂ ਹੈ ਕਿ ਉਹਨਾਂ ਨੂੰ ਵੀ ਸਮਝੀਏ ਬਿਲਕੁਲ ਹੈ ਨਾ ਤੇ ਇਸ ਕਰਕੇ ਅਸੀਂ 1.5 ਐਪੀਸੋਡ ਪਹਿਲਾ ਐਪੀਸੋਡ ਔਰ ਹਾਫ ਆਫ ਸੈਕਿੰਡ ਐਪੀਸੋਡ ਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਫਾਰਮੇਟਿਵ ਈਅਰਸ ਦੀ ਗੱਲ ਕੀਤੀ ਹੈ ਸਿਰਫ ਔਰ ਅਸੀਂ ਉਸਨੂੰ ਉੱਥੇ ਖਤਮ ਕਰਕੇ ਅਸੀਂ ਸੈਕਿੰਡ ਐਪੀਸੋਡ ਦੇ ਸੈਕਿੰਡ ਹਾਫ ਵਿੱਚ ਉਹਨਾਂ ਦਾ ਸਫ਼ਰ ਸ਼ੁਰੂ ਕਰ ਸਕਦੇ ਸੀਗੇ ਲੇਕਿਨ ਅਸੀਂ ਸਹਿ ਨਹੀਂ ਕਰਨਾ ਅਸੀਂ ਅੱਜ ਭਾਈ ਮਰਦਾਨਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਵੰਸ਼ ਦੇ ਥਰੂ ਉਹਨਾਂ ਦੀ ਲੈਗੇਸੀ ਦੇ ਥਰੂ ਤੇ ਅਸੀਂ ਅੱਧਾ ਐਪੀਸੋਡ ਉਹਨਾਂ ਨੂੰ ਡੈਡੀਕੇਟ ਕੀਤਾ ਹੈ ਚੱਲਣ ਤੋਂ ਪਹਿਲਾਂ ਐਜ਼ ਅ ਟ੍ਰਿਬਿਊਟ ਕਿਉਂਕਿ ਭਾਈ ਮਰਦਾਨਾ ਦੀ ਕੋਈ ਕਹਾਣੀ ਸਾਨੂੰ ਜ਼ਿਆਦਾ ਮਿਲਦੀ ਵੀ ਨਹੀਂ ਹੈ ਕਿਸ ਦੇ ਕੌਣ ਸੀਗੇ ਕਿੱਥੋਂ ਆਏ ਨਨਕਾਣਾ ਸਾਹਿਬ ਸੀਗੇ ਕੀ ਹੈਗਾ ਉਸ ਤੋਂ ਬਾਅਦ ਹੋਰ ਕੀ ਸਾਨੂੰ ਪਤਾ ਹੈ ਹਰ ਇੱਕ ਜਗ੍ਹਾ ਹਰ ਇੱਕ ਸਟੋਰੀ ਦੇ ਅੰਦਰ ਗੁਰੂ ਨਾਨਕ ਸਾਹਿਬ ਨੂੰ ਕਿਸੇ ਨੇ ਫੜ ਕੇ ਇਹ ਕਰਤਾ ਤੇ ਕਿਸੇ ਅੱਛਾ ਮਰਦਾਨਾ ਜੀ ਨੂੰ ਫੜ ਕੇ ਕਿਸੇ ਨੇ ਇਹ ਕਰਤਾ ਤੇ ਕਿਸੇ ਨੇ ਉਹ ਕਰਤਾ ਮੈਨੂੰ ਤਾਂ ਲੱਗਦਾ ਹੈ ਕਿ ਗੁਰੂ ਨਾਨਕ ਔਰ ਭਾਈ ਮਰਦਾਨਾ ਦਾ ਜਿਹੜਾ ਮੇਲ ਸੀਗਾ ਮੈਨੂੰ ਲੱਗਦਾ ਹੈ ਗੁਰੂ ਨਾਨਕ ਸਾਹਿਬ ਇੱਕ ਰੂਹ ਨੂੰ ਰਿਪ੍ਰੈਜੈਂਟ ਕਰ ਰਹੇ ਨੇ ਔਰ ਭਾਈ ਮਰਦਾਨਾ ਜਿਹੜੇ ਨੇ ਇੱਕ ਹਿਊਮਨ ਐਲੀਮੈਂਟ ਨੂੰ ਔਰ ਹਿਊਮਨ ਕੰਡੀਸ਼ਨ ਨੂੰ ਪ੍ਰੈਜੈਂਟ ਕਰ ਰਹੇ ਨੇ ਲੇਕਿਨ ਦੋਨਾਂ ਦਾ ਸਾਥ ਜੋੜ ਚੱਲ ਰਿਹਾ ਹੈ ਇਸ ਕਰਕੇ ਅਸੀਂ ਕਿਹਾ ਨਹੀਂ ਪਹਿਲਾਂ ਅਸੀਂ ਜਾ ਕੇ ਲਾਹੌਰ ਦੇ ਅੰਦਰ ਇੱਕ ਵੱਡੀ ਅੰਸ਼ ਸੀਗੀ ਉਹਨਾਂ ਦੀ ਵੰਸ਼ ਸੀਗਾ ਜਿਹੜਾ ਤੁਸੀਂ ਦੇਖਿਆ ਸੈਕਿੰਡ ਐਪੀਸੋਡ ਦੇ ਅੰਦਰ ਉਹਨਾਂ ਦੇ ਲੀਨੀਅਸ ਤੋਂ ਕਹਿ ਰਹੇ ਨੇ ਕਿ ਸਾਡੇ ਜਿਹੜੇ ਬਜ਼ੁਰਗ ਸੀਗੇ ਸੀਸਗੰਜ ਸਾਹਿਬ ਵਿੱਚ ਕੀਰਤਨ ਕਰਦੇ ਸੀਗੇ ਦਰਬਾਰ ਸਾਹਿਬ ਵਿੱਚ ਕੀਰਤਨ ਕਰਦੇ ਸੀਗੇ ਅੱਜ ਵਿਚਾਰੇ ਅਗਰ ਆ ਜਾਣ ਤੇ ਅਸੀਂ ਉਹਨਾਂ ਨੂੰ ਕੀਰਤਨ ਹੀ ਨਾ ਕਰਨ ਦਈਏ ਆਪਣੇ ਗੁਰਦੁਆਰੇ ਵਿੱਚ ਹੈਨਾ ਤੇ ਫਿਰ ਸਾਡਾ ਫਰਜ਼ ਨਹੀਂ ਬਣਦਾ ਕਿ ਵਿਚਾਰੇ ਉੱਥੇ ਬੈਠ ਕੇ ਇਤਨੇ 70 ਸਾਲ ਦੇ ਅੰਦਰ ਨਾ ਕੋਈ ਸੁਣਨ ਵਾਲਾ ਨਾ ਕੁਛ ਕਰਨ ਵਾਲਾ ਤੇ ਇੱਕ ਉਹਨਾਂ ਨੂੰ ਜਾ ਕੇ ਅਸੀਂ ਉਹਨਾਂ ਦੇ ਥਰੂ ਸਮਝਣ ਦੀ ਕੋਸ਼ਿਸ਼ ਕਰੀਏ ਰਾਈਟ ਪਹਿਲੀ ਗੱਲ ਤੇ ਫਿਰ ਦੂਜੀ ਗੱਲ ਸਲੀਮਾ ਦੀ ਗੱਲ ਆਉਂਦੀ ਹੈ ਜੋ ਸਾਡੀ ਲੀਡ ਸਿੰਗਰ ਇੱਕ ਤੇ ਸਾਡਾ ਲੀਡ ਸਿੰਗਰ ਹੈ ਸਤਿੰਦਰ ਬੋਂਡਲ ਜੋ ਗੁਰੂ ਨਾਨਕ ਦੀ ਆਵਾਜ਼ ਨੂੰ ਰਿਪ੍ਰੈਜੈਂਟ ਕਰ ਰਿਹਾ ਜਿਨ੍ਹਾਂ ਨੇ ਬਹੁਤ ਚੰਗਾ ਕੰਮ ਕੀਤਾ ਹੈ ਤੇ ਦੂਜੀ ਸ਼ਖਸ ਹੈ ਸਲੀਮਾ ਨੇ ਜਿਹਨੂੰ ਅਸੀਂ ਸਾਈਨ ਅਪ ਕੀਤਾ ਇਸ ਡਾਕੂਮੈਂਟਰੀ ਦੇ ਅੰਦਰ ਕਿ ਤੂੰ 150 ਤੋਂ ਉੱਪਰ ਸ਼ਬਦ ਦੇਂਗੀ ਸਾਨੂੰ ਗੁਰੂ ਨਾਨਕ ਸਾਹਿਬ ਦੇ ਨਿਰਧਾਰਿਤ ਰਾਗਾਂ ਦੇ ਅੰਦਰ ਲੇਕਿਨ ਤੂੰ ਮੇਰੇ ਰੂਹ ਨੂੰ ਰਿਪ੍ਰੈਜੈਂਟ ਕਰ ਰਹੀ ਹੈ ਕਿਉਂਕਿ ਮੈਂ ਚੱਲ ਰਿਹਾ ਤੇ ਮੇਰੀ ਰੂਹ ਜਿੱਥੇ ਵੀ ਕੁਝ ਚੀਜ਼ ਸੋਚੇਗੀ ਬੋਲੇਗੀ ਸੋਚੇਗੀ ਜਾਂ ਕਹੇਗੀ ਇਹ ਗੁਰੂ ਨਾਨਕ ਸਾਹਿਬ ਦੇ ਸਫ਼ਰ ਦੇ ਅੰਦਰ ਜੋ ਵੀ
ਗੁਰੂ ਨਾਨਕ ਸਾਹਿਬ ਕਿੱਧਰ ਕਹਿ ਰਹੇ ਨੇ ਉਹ ਸਤਨੰਦਰ ਦੀ ਮੇਲ ਆਵਾਜ਼ ਚ ਆਉਂਦੀ ਹੈ, ਰਾਈਟ। ਦੂਜੀ ਹੈ ਕਮਲਦੀਪ ਦੀ ਜਿਹੜੀ ਰੂਹ ਹੈ ਉਸਨੂੰ ਸਜੀਵਾ ਰਿਪ੍ਰੈਜੈਂਟ ਕਰ ਰਹੀ ਹੈ, ਉਹ ਇੱਕ ਫੀਮੇਲ ਦੀ ਆਵਾਜ਼, ਰੂਹ ਇੱਕ ਮੇਰੀ ਫੀਮੇਲ ਐਸਪੈਕਟ ਹੈ। ਤੇ ਮੈਂ ਇੱਕ ਪਤੇ ਦੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਜੋ ਅਸੀਂ ਜ਼ਿਆਦਾ ਅਜੇ ਅਨਾਊਂਸ ਨਹੀਂ ਕੀਤਾ, ਲੇਕਿਨ ਮੈਂ ਤੁਹਾਨੂੰ ਦੱਸਣਾ, ਸਲੀਮਾ ਦੇਖੋ ਪਾਰਟੀਸ਼ਨ ਦੇ ਕਰਕੇ ਹੋਇਆ ਕੀ ਸੀਗਾ ਕਿ ਇਹ ਜਿਹੜੀ ਕੀਰਤਨ ਦੀ ਪ੍ਰਥਾ, ਜੋ ਰਾਗ ਦੀ ਪ੍ਰਥਾ, ਇੱਕ ਜਿਹੜਾ ਕਾਮਨੈਲਿਟੀ ਸੀਗੀ, ਕਾਫੀ ਕੁਝ ਗੁਆਚ ਗਿਆ 70 ਸਾਲ ਦੇ ਅੰਦਰ। ਜਿਹੜੇ ਉੱਥੇ ਗਏ ਨੇ ਭਾਈ ਮਰਦਾਨਾ ਦੀ ਜਿਹੜੀ ਵੰਸ਼ ਉੱਥੇ ਗਈ ਹੈ, ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਦੇ ਕਿਹਾ, ਉੱਥੇ ਜਾ ਕੇ ਮੁਸ਼ਕਿਲਾਂ ਆਈਆਂ, ਕੋਈ ਫਿਲਮ ਇੰਡਸਟਰੀ ਚਲਾ ਗਿਆ, ਕੋਈ ਹੋਟਲਾਂ 'ਚ ਗਾਉਣ ਲੱਗ ਗਿਆ, ਕੋਈ ਰੋੜੀ ਰੋਟੀ ਵਾਸਤੇ, ਹੁਣ ਥੋੜ੍ਹਾ ਬਹੁਤ ਜੋ ਬਚਿਆ ਤੇ ਉਹ ਉਸਦੇ ਨਾਲ ਆਪਣਾ ਗੁਜ਼ਾਰਾ ਕਰ ਰਹੇ ਨੇ। ਲੇਕਿਨ ਭਾਈ ਗੁਲਾਮ ਚਾਂਦ ਤੋਂ ਜਾ ਕੇ ਸਲੀਮਾ ਨੂੰ 2007 ਜਦੋਂ ਮਿਲੇ, ਉਹ ਆਲਰੇਡੀ ਇੱਕ ਲਾਇਰ ਸੀਗੀ ਔਰ ਉਸਨੂੰ ਮਿਊਜ਼ਿਕ ਦਾ ਇੰਟਰਸਟ ਸੀਗਾ, ਲੇਕਿਨ ਉਸਨੇ ਜਾ ਕੇ ਉਸਨੂੰ ਸਿੱਖਣਾ ਸ਼ੁਰੂ ਕੀਤਾ ਤੇ ਉਹਦੇ ਅੰਦਰ ਭਾਈ ਮਰਦਾਨਾ ਦੀ ਖੂਨ ਤੇ ਨਹੀਂ ਚੱਲ ਰਿਹਾ, ਲੇਕਿਨ ਖੂਨ ਤੋਂ ਵੀ ਵੱਧ ਇੱਕ ਪੂਰੀ ਆਰਟਿਸਟਿਕ ਐਲੀਮੈਂਟ ਨੂੰ ਉਹਨਾਂ ਨੇ ਅਬਜ਼ਰਵ ਕਰ ਲਿਆ ਭਾਈ ਗੁਲਾਮ ਚੰਦ ਤੋਂ ਸਿੱਖਿਆ। ਹੁਣ ਉਹਨਾਂ ਨੇ ਸਿੱਖਿਆ ਕੁਝ 10-12-15 ਰਾਗ ਜੋ ਵੀ ਹੋਣਗੇ ਉਹਨਾਂ ਨੇ ਸਿੱਖਿਆ। ਅਸੀਂ ਜਦੋਂ ਡਾਕੂਮੈਂਟਰੀ ਦਾ ਪ੍ਰਪੋਜ਼ਲ ਉਹਨਾਂ ਦੇ ਅੱਗੇ ਰੱਖਿਆ, ਅਸੀਂ ਬਹੁਤ, ਮੈਂ ਦੁੱਖ ਵੀ ਹੁੰਦਾ ਹੈ ਪੀਰ ਸਾਹਿਬ ਕਿ ਜਦੋਂ ਅਸੀਂ ਗੁਰਬਾਣੀ ਆਪਣੀ ਗੁਰਬਾਣੀ ਦੇ ਸੋਰੀ ਆਪਣੀ ਡਾਕੂਮੈਂਟਰੀ ਸੀ, ਅਸੀਂ ਆਪਣੀ ਆਰਟਿਸਟ ਨੂੰ ਲੱਭਣਾ ਸ਼ੁਰੂ ਕੀਤਾ। ਅਸੀਂ ਸਾਡਾ ਇੱਕ ਵਿਜ਼ਨ ਸੀਗਾ, ਅਸੀਂ ਕਹਿ ਰਹੇ ਸੀ ਕੀਰਤਨ ਤੁਸੀਂ ਪਾ ਲਓ, ਜਿਸ ਤਰ੍ਹਾਂ ਕੀਰਤਨ ਅੱਜ ਗੁਰਦੁਆਰੇ 'ਚ ਹੁੰਦਾ, ਤਿੰਨ ਬੰਦੇ ਜਿੱਥੇ ਬੈਠੇ ਹੋਏ ਨੇ ਉਹਨਾਂ ਦੇ ਨਾਲ ਇੱਕ ਹਾਰਮੋਨੀਅਮ ਹੈ, ਇੱਕ ਤਬਲਾ ਹੈ, ਤੇ ਗੁਰੂ ਨਾਨਕ ਸਾਹਿਬ ਦੇ ਨਾ ਹਾਰਮੋਨੀਅਮ ਨਾਲ ਚੱਲੇ ਤੇ ਨਾ ਤਬਲੇ ਨਾਲ ਚੱਲੇ, ਦੋ ਸ਼ਖਸ ਚੱਲੇ, ਉਹ ਪ੍ਰਕਸ਼ਨ ਇੰਸਟਰੂਮੈਂਟ ਲੈ ਕੇ ਚੱਲਣਗੇ ਨਹੀਂ, ਤੇ ਉਹ ਚੱਲੇ ਨੇ ਤੇ ਉਹਨਾਂ ਨੇ ਜੋ ਉਹਨਾਂ ਦੀ ਫੀਲਿੰਗ ਸੀ ਅਸੀਂ ਉਸਨੂੰ ਦਿਖਾਉਣਾ ਚਾਹੁੰਦੇ। ਤੇ ਅਸੀਂ ਕਿਹਾ ਕਿ ਸਾਨੂੰ ਇਹੋ ਜਿਹਾ ਆਰਟਿਸਟ ਚਾਹੀਦੇ ਨੇ ਸਿੰਗ ਕਰਨ ਵਾਲੇ, ਜਿਹਨਾਂ ਦੇ ਵਿੱਚ ਅੱਗੇ ਅਗਰ ਤੁਸੀਂ ਹਾਰਮੋਨੀਅਮ ਹਟਾ ਦਿਓ ਫਿਰ ਵੀ ਆਵਾਜ਼ ਵਿੱਚ ਦਮ ਰਹੇਗਾ। ਸਭ ਤੋਂ ਵੱਡੀ ਇਹ ਗੱਲ ਸੀਗੀ ਸਾਡੀ ਰਿਕੁਆਇਰਮੈਂਟ, ਤੇ ਸਾਨੂੰ ਬੜੇ ਘੱਟ ਲੋਕ ਮਿਲੇ, ਬਹੁਤ ਘੱਟ ਲੋਕ ਮਿਲੇ। ਮੈਂ ਤੁਹਾਨੂੰ ਇੰਨਾ ਵੀ ਕਹਾਂਗਾ, ਅਸੀਂ ਇੱਕ ਦੋ ਸ਼ਖਸਾਂ ਨਾਲ ਰਿਕਾਰਡਿੰਗ ਕਰਕੇ ਅੱਧੇ ਤੱਕ ਪਹੁੰਚ ਕੇ ਪੈਸੇ ਦੇ ਕੇ ਅਸੀਂ ਚੀਜ਼ ਨੂੰ ਵਿਦਡਰਾਅ ਕਰ ਲਿਆ, ਕਿਉਂਕਿ ਉਹ ਲੜਕ ਗਏ। ਪੈਸੇ ਦੀ ਗੱਲ ਨਹੀਂ ਹੈ ਇੱਥੇ ਇੱਕ ਫਰੇਮਵਰਕ ਦੀ ਹੈ, ਉਹ ਲੁੜਕ ਗਏ। ਉਹਨਾਂ ਕਿਤੇ ਕਿਤੇ ਵੱਡੇ ਗਾਇਕ ਸਨ, ਬਟ ਉਹ ਹਾਰਮੋਨੀਅਮ ਦੇ ਬਿਨਾਂ ਸਾਡੇ ਸਿੱਖ ਜਗਤ ਵਿੱਚ ਬੜੇ ਘੱਟ ਲੋਕ ਗਾ ਸਕਦੇ ਨੇ। ਤੇ ਸਤਨਿੰਦਰ ਨੇ ਉਸ ਚੀਜ਼ ਨੂੰ ਬਹੁਤ ਹੀ ਰੂਪ ਬਹੁਤ ਹੀ ਚੰਗੀ ਤਰ੍ਹਾਂ ਉਸਨੇ ਉਸਨੂੰ ਨਿਭਾਇਆ ਹੈ, ਔਰ ਇੱਕ ਬੜਾ ਯੰਗ ਮੁੰਡਾ ਹੈ, ਉਸਨੇ ਬਹੁਤ ਚੰਗਾ ਕੰਮ ਕੀਤਾ। ਲੇਕਿਨ ਸਲੀਮਾ ਦੀ ਮੈਂ ਗੱਲ ਕਰ ਰਿਹਾ, ਅਸੀਂ ਜਦੋਂ ਆਪਣੀ ਫੀਮੇਲ ਵਰਲਡ ਦੇ ਫੀਮੇਲ ਐਸਪੈਕਟ ਦੇ ਅੰਦਰ ਸਿੱਖ ਜਗਤ ਦੇ ਅੰਦਰ ਲੱਭਣਾ ਸ਼ੁਰੂ ਕੀਤਾ ਸਿੰਗਰਸ ਨੂੰ, ਦੁੱਖ ਦੀ ਗੱਲ ਹੈ, ਕੋਈ ਨਹੀਂ ਮਿਲਿਆ, ਕੋਈ ਨਹੀਂ ਮਿਲਿਆ। ਜੋ ਮਿਲੇ ਨੇ ਉਹ ਕੀਰਤਨ ਕਰਨ ਵਾਲੇ ਨੇ, ਲੇਕਿਨ ਤੁਸੀਂ ਵਾਜਾ ਹਟਾ ਦਿਓ, ਕੋਈ ਨਹੀਂ ਗਾ ਸਕਦਾ। ਔਰ ਗਾ ਰਹੇ ਨੇ ਤੇ ਅਗਰ ਮਾਡਰਨ ਤਰੀਕੇ ਨਾਲ ਗਾ ਰਹੇ, ਜੋ ਸਾਨੂੰ ਚਾਹੀਦਾ ਨਹੀਂ, ਅਸੀਂ ਵੋਇਸ ਨੂੰ ਟ੍ਰੀਟ ਨਹੀਂ ਕਰਨਾ, ਜੋ ਵੋਇਸ ਹੈ ਨੈਚੁਰਲ ਰਹੇਗੀ। ਤੇ ਲੱਭਦੇ ਲੱਭਦੇ ਸਾਨੂੰ ਪਾਕਿਸਤਾਨ ਦੇ ਅੰਦਰ ਸਲੀਮਾ ਦੀ ਆਵਾਜ਼ ਮਿਲੀ, ਔਰ ਸਲੀਮਾ ਨੂੰ ਅਸੀਂ ਫਿਰ ਕਿਹਾ, ਲੇਕਿਨ ਸਲੀਮਾ ਨੂੰ ਅਸੀਂ ਕਿਹਾ ਕਿ ਸਲੀਮਾ ਸਾਨੂੰ ਪੂਰੇ ਦੇ ਪੂਰੇ 37 ਦੇ ਕਰੀਬ ਮਿਸ਼ਰਿਤ ਰਾਗ ਮਿਲਾ ਕੇ ਗੁਰੂ ਨਾਨਕ ਸਾਹਿਬ ਦੇ ਰਾਗਸ ਆਉਂਦੇ ਨੇ ਜਿਹਨਾਂ ਦੇ ਅੰਦਰ ਉਹਨਾਂ ਨੇ ਬਾਣੀ ਲਿਖੀ ਹੈ, ਤੇ ਸਾਨੂੰ ਉਹਨਾਂ ਰਾਗਾਂ ਦੇ ਅੰਦਰ ਹੀ ਤੁਹਾਨੂੰ ਗਾਣਾ ਪਏਗਾ। ਤੇ ਉਹ ਕਹਿੰਦੀ ਕਿ ਸਾਨੂੰ ਤੇ ਰਾਗ ਹੀ ਨਹੀਂ ਪਤਾ, ਉਹ ਸਾਰੇ ਗੌੜੀ ਗੁਆਰੇਰੀ, ਮੈਨੂੰ ਤੇ ਗੌੜੀ ਔਰ ਗੁਆਰੇਰੀ ਦਾ ਮਿਸ਼ਰਿਤ ਮੈਨੂੰ ਨਹੀਂ ਪਤਾ। ਫਿਰ ਗੱਲ ਆਉਂਦੀ ਹੈ, ਫਿਰ ਤੁਸੀਂ ਸਾਨੂੰ 1 ਸਾਲ ਲੱਗਿਆ, ਅਸੀਂ ਕ੍ਰੋਸ ਬਾਰਡਰ ਟ੍ਰੇਨਿੰਗ ਕਰਵਾਈ ਹੈ ਸਲੀਮਾ ਦੀ। ਸਤਨਿੰਦਰ ਜਿਹੜੇ ਉਹਨਾਂ ਦੇ ਉਸਤਾਦ ਸੀਗੇ, ਜਿਹਨਾਂ ਨੇ ਭਗਤਾਂ ਦੀ ਬਾਣੀ ਗਾਈ ਹੈ ਸਾਡੀ ਡੋਕੂ ਸੀਰੀਜ਼ ਦੇ ਅੰਦਰ, ਅਨਫੋਰਚੁਨੇਟਲੀ ਉਹਨਾਂ ਦੀ ਡੈਥ ਹੋ ਗਈ ਹੈ, ਤੇ ਉਹ ਉਹਨਾਂ ਨੇ ਉਹ ਹਿੰਦੂ ਨੇ, ਉਹਨਾਂ ਨੇ ਸਤਿੰਦਰ ਨੂੰ ਸਿਖਾਇਆ, ਔਰ ਉਸ ਤੋਂ ਬਾਅਦ ਸਤਿੰਦਰ ਨੇ ਇੱਕ ਮੁਸਲਮਾਨ ਨੂੰ ਸਿਖਾਇਆ, ਰਾਈਟ। ਇਹ ਬਿਊਟੀ ਇਸ ਡੋਕੂ ਸੀਰੀਜ਼, 1 ਸਾਲ ਲੱਗਿਆ, ਓਵਰ ਦੀ ਇੰਟਰਨੈਟ ਟ੍ਰੇਨਿੰਗ ਚੱਲਦੀ ਰਹੀ ਹੈ। ਜਦੋਂ ਸਲੀਮਾ ਤਿਆਰ ਹੋਈ ਹੈ, ਤਾਂ ਤੱਕ ਕੋਵਿਡ ਦੇ ਇਨਵਾਇਰਮੈਂਟ ਦੇ ਅੰਦਰ ਅਸੀਂ ਉਹਦੇ ਘਰ ਦੇ ਅੰਦਰ ਹੀ, ਕੋਈ ਸਟੂਡੀਓ ਦੇ ਅੰਦਰ ਨਹੀਂ, ਕੋਈ ਸਟੂਡੀਓ ਰਿਕਾਰਡਿੰਗ ਨਹੀਂ ਹੈ, ਗੱਦੇ ਗੁੱਦੇ ਲਾ ਕੇ ਇੱਕ ਸਟੂਡੀਓ ਬਣਾ ਕੇ ਅਸੀਂ ਘਰ ਦੇ ਅੰਦਰ ਹੀ ਰਿਕਾਰਡਿੰਗ ਉਹਦੀ ਕੀਤੀ ਹੈ। ਕਹਿਣ ਦਾ ਮਤਲਬ ਅਸੀਂ ਇਤਨੀ ਮਿਹਨਤ ਕੀਤੀ ਹੈ ਇਸ ਕਰਕੇ ਕਿਉਂਕਿ ਉਹ ਸਾਡੀ ਰੂਹ ਨੂੰ ਰਿਪ੍ਰੈਜੈਂਟ ਕਰ ਰਹੀ ਹੈ। ਹੁਣ ਗੱਲ ਇਹ ਆਉਂਦੀ ਹੈ, ਇਹ ਤੇ ਪਹਿਲਾ ਜਵਾਬ ਹੋਇਆ ਪਹਿਲੇ ਪੜਾਵ ਦਾ, ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਕੰਪੈਨੀਅਨ ਭਾਈ ਮਰਦਾਨਾ ਨੂੰ ਇੱਕ ਪੂਰਾ ਇੱਕ ਇੰਪੋਰਟੈਂਸ ਦੇਣਾ ਚਾਹੁੰਦੇ ਸੀ ਕਿ ਇਸ ਕਰਕੇ ਅਸੀਂ ਇਤਨੀ ਮਿਹਨਤ ਕੀਤੀ ਹੈ। ਕਿਉਂਕਿ ਤੁਸੀਂ ਅੱਗੇ ਤੇ ਦੇਖ ਲਿਆ ਅੱਧਾ ਐਪੀਸੋਡ ਹੈ, ਮੇਰੇ ਪਿੱਛੇ ਕੀ ਹੋਇਆ ਹੈ, ਭਾਈ ਮਰਦਾਨਾ ਦੀ ਜਿਹੜੀ ਲੈਗੇਸੀ ਜੋ ਲੱਗੇ ਇੱਕ ਕੁੜੀ ਲੈ ਕੇ ਆ ਰਹੀ ਹੈ, ਉਸਦੀ ਆਵਾਜ਼ ਵਿੱਚ ਅਸੀਂ ਖੜਾ ਕਰਨਾ ਚਾਹੁੰਦੇ ਹਾਂ। ਕਿਤਨੀ ਟ੍ਰੇਨਿੰਗ ਹੋਈ ਹੈ 1 ਸਾਲ ਦੀ ਇਸਦੇ ਪਿੱਛੇ, ਇਹ ਵੀ ਤੁਸੀਂ ਸੋਚੋ ਨਾ। ਅੱਜ ਫਕਰ ਹੈ ਸਾਨੂੰ ਕਿ ਐਲੀਗਰੀ ਟੈਪਿਸਟਰੀ ਗੁਰੂ ਨਾਨਕ ਦੇ ਟਰੈਵਲਸ ਦੇ ਜ਼ਰੀਏ ਅੱਜ ਅਗਰ ਸਲੀਮਾ ਚਾਵੇ ਤੇ ਉਹ ਕਹਿ ਸਕਦੀ ਹੈ ਕਿ ਪਹਿਲੀ ਪਾਕਿਸਤਾਨੀ ਮੁਸਲਿਮ ਲੇਡੀ ਹੈ 70 ਸਾਲ ਤੋਂ ਬਾਅਦ ਜਿਹਨੇ ਗੁਰੂ ਨਾਨਕ ਸਾਹਿਬ ਦੇ ਸਾਰੇ ਰਾਗਾਂ ਦੇ ਅੰਦਰ
ਨਿਰਧਾਰਿਤ ਰਾਗਾਂ ਦੇ ਅੰਦਰ ਸ਼ਬਦ ਗਾਇਨ ਕੀਤਾ। ਬਿਲਕੁਲ, ਇਹ ਹੈਗਾ ਅਟਰੀਬਿਊਟ ਟੂ ਭਾਈ ਮਰਦਾਨਾ। ਰਾਈਟ, ਹੁਣ ਗੱਲ ਆਉਂਦੀ ਹੈ ਤੁਸੀਂ ਦੂਜਾ ਪੜਾਵ ਜਿਹੜਾ ਇਸ ਕੁਐਸਚਨ ਦਾ ਦੂਜਾ ਚੀਜ਼ ਜੋ ਪੁੱਛੀ ਹੈ ਕਿ ਤੁਸੀਂ ਦਿਖਾਉਂਦੇ ਹੋ ਇੱਕ ਕਲਚਰ, ਇੱਕ ਸੁਸਾਇਟੀ ਦੇ ਬਾਰੇ ਚ, ਦੂਜੇ ਫੇਥ ਦੇ ਬਾਰੇ ਚ, ਫਿਰ ਕਰਦੇ ਕਰਦੇ ਤੁਸੀਂ ਆਉਂਦੇ ਹੋ ਗੁਰਦੁਆਰੇ ਦੇ ਉੱਤੇ। ਮੈਂ ਤਾਂ ਪਹਿਲੇ ਤੁਹਾਨੂੰ ਕਹਿ ਚੁੱਕਿਆ, ਗੁਰੂ ਨਾਨਕ ਸਾਹਿਬ ਨੂੰ ਅੱਜ ਅਗਰ ਤੁਸੀਂ ਸਮਝਣਾ ਹੈ ਤੇ ਸਿੱਖ ਜਗਤ ਦੇ ਅੰਦਰ, ਤਾਂ ਤੁਸੀਂ ਗੁਰਦੁਆਰੇ ਜਾ, ਤੁਸੀਂ ਉਜੈਨ ਚਲੇ ਜਾਓ। ਚਲੋ, ਸ਼ਿਪਰਾ ਦਰਿਆ ਦੇ ਲਾਗੇ ਗੁਰਦੁਆਰਾ ਬਣਿਆ ਹੋਇਆ, ਤੁਸੀਂ ਐਜ ਅ ਸਿੱਖ ਜਾਓਗੇ ਤਾਂ ਤੁਸੀਂ ਪਹਿਲਾਂ ਗੁਰਦੁਆਰੇ ਆਪਣਾ, ਮੈਨੂੰ ਕੋਈ ਗੁਰਦੁਆਰੇ ਦੇ ਅਗੇਂਸਟ ਕੁਛ ਮੈਂ ਨਹੀਂ ਬੋਲ ਰਿਹਾ, ਮੈਂ ਐਜ ਅ ਸਿੱਖ ਗੁਰਦੁਆਰੇ ਨੂੰ ਰਿਸਪੈਕਟ ਕਰਨਾ, ਲੇਕਿਨ ਮੈਂ ਇਹ ਕਹਿ ਰਿਹਾ ਕਿ ਗੁਰਦੁਆਰੇ ਇੱਕ ਮੈਮੋਰੀਅਲ ਨੇ ਮੇਰੇ ਵਾਸਤੇ। ਬਿਲਕੁਲ, ਆਸਥਾ ਮੈਂ ਰੱਖਣਾ, ਲੇਕਿਨ ਉਹ ਜਿੱਥੇ ਜ਼ਮੀਨ ਮਿਲੀ ਅੱਜ 15 ਸਾਲ ਪਹਿਲਾਂ ਅਗਰ ਉਜੈਨ ਵਿੱਚ, ਤੇ ਉੱਥੇ ਗੁਰਦੁਆਰਾ ਬਣਿਆ, ਤੇ ਤੁਸੀਂ ਅੱਜ ਆਓ ਤੇ ਅੱਜ ਕੀ ਹੈ, ਬੋਰਡ ਦੇ ਉੱਤੇ ਲਿਖਿਆ ਗੁਰੂ ਨਾਨਕ ਸਾਹਿਬ ਇੱਥੇ ਆਏ ਸਨ, ਤੁਸੀਂ ਅੰਦਰ ਜਾਓ ਤੇ ਸੰਗਤ ਨੂੰ ਇਹੀ ਦੱਸਿਆ ਗੁਰੂ ਨਾਨਕ ਸਾਹਿਬ ਇੱਥੇ ਆਏ ਸਨ, ਨਹੀਂ ਗੁਰੂ ਨਾਨਕ ਸਾਹਿਬ ਉੱਥੇ ਤੇ ਨਹੀਂ ਆਏ ਸਨ, ਗੁਰਦੁਆਰਾ ਤੇ ਸੀਗਾ ਨਹੀਂ, ਜ਼ਮੀਨ ਤੁਹਾਨੂੰ 15 ਸਾਲ ਮੇਲੇ ਮਿਲੀ ਹੈ, ਤੁਸੀਂ ਇੱਕ ਮੈਮੋਰੀਅਲ ਬਣਾਇਆ, ਮੈਂ ਉਸ ਨੂੰ ਪੂਰੀ ਰਿਸਪੈਕਟ ਦੇਣਾ, ਲੇਕਿਨ ਗੁਰੂ ਨਾਨਕ ਸਾਹਿਬ ਆਏ ਸਨ ਜਿੱਥੇ ਪਰਥਰੀ ਨਾਥ ਯੋਗੀ ਉਹ ਜਿਹੜੇ ਜਿਹੜੀ ਗੁਫਾਵਾਂ ਚ ਰਹਿੰਦੇ ਸਨ ਉਹਨਾਂ ਦੇ ਨਾਲ ਉੱਥੇ ਵਾਰਤਾਲਾਪ ਹੋਈ ਸੀਗੀ। ਤੇ ਗੱਲ ਤੇ ਫਿਰ ਗੁਰੂ ਨਾਨਕ ਸਾਹਿਬ ਨੂੰ ਸਮਝਣਾ, ਤੇ ਫਿਰ ਤੁਹਾਨੂੰ ਉਹ ਗੁਫਾ ਵਿੱਚ ਜਾਣਾ ਪਏਗਾ ਨਾ, ਉੱਥੋਂ ਸ਼ੁਰੂ ਕਰਨਾ ਪਏਗਾ ਨਾ, ਫਿਰ ਉੱਥੋਂ ਦਾ ਇਨਵਾਇਰਮੈਂਟ ਕੀ ਸੀਗਾ, ਉਹ ਨਾਥ ਯੋਗੀ ਕੌਣ ਨੇ? ਤੁਸੀਂ ਅੱਜ ਅਸੀਂ ਸਾਰਿਆਂ ਨੂੰ ਦੇਖੋ ਗੁਰੂ ਨਾਨਕ ਸਾਹਿਬ ਦੇ, ਤੁਸੀਂ ਫਿਰ ਗੱਲ, ਮੈਂ ਇੱਕ ਸ਼ਬਦ ਦੇ ਥਰੂ ਹੀ ਮੈਂ ਗੱਲ ਨੂੰ ਮੁਕਾਉਣ ਦੀ ਕੋਸ਼ਿਸ਼ ਕਰਨਾ ਕਿ ਪਹਿਲੇ ਸਟਰਕਚਰ ਸਾਡਾ ਇਹ ਆਉਂਦਾ ਹੈ, ਅਸੀਂ ਉਹਨਾਂ ਥਾਵਾਂ ਤੇ ਜਾਵਾਂਗੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਸਨ, ਉਸ ਤੇ ਨੈਰੇਟਿਵ ਦੇ ਥਰੂ ਅਸੀਂ ਨੈਰੇਟਿਵ ਨੂੰ ਬੰਨਣਾ ਸ਼ੁਰੂ ਕਰਾਂਗੇ, ਉੱਥੇ ਦੇ ਕਲਚਰ ਨੂੰ ਸਮਝਾਂਗੇ, ਉੱਥੇ ਜੋਗ੍ਰਾਫੀ ਨੂੰ ਸਮਝਾਂਗੇ, ਕਰਦੇ ਕਰਦੇ ਫਿਰ ਗੁਰਬਾਣੀ ਨੂੰ ਸਮਝਾਂਗੇ, ਫਿਰ ਅਸੀਂ ਐਂਡ ਵਿੱਚ ਜ਼ਿਕਰ ਕਰਾਂਗੇ ਕਮਿਊਨਿਟੀ ਨੇ ਇੱਥੇ ਇੱਕ ਗੁਰਦੁਆਰਾ ਬਣਾਇਆ। ਫਿਰ ਗੱਲ ਤੁਹਾਨੂੰ ਇਹ ਸ਼ਾਇਦ ਇੰਟਰਸਟਿੰਗ ਲੱਗੇਗੀ, ਜਦੋਂ ਅਸੀਂ ਬਿਹਾਰ ਵੱਲ ਜਾਵਾਂਗੇ, ਅਸੀਂ ਤੇ ਗੁਰੂ ਨਾਨਕ ਸਾਹਿਬ ਦਾ ਕੰਮ ਕਰ ਰਹੇ ਹਾਂ, ਮੈਂ ਐਜ਼ ਅ ਪ੍ਰਾਊਡ ਖਾਲਸਾ ਸਿੱਖ ਹਾਂ, ਲੇਕਿਨ ਗੁਰੂ ਨਾਨਕ ਸਾਹਿਬ ਦਾ ਕੰਮ ਕਰਦੇ ਵਕਤ ਮੈਂ ਆਪਣੀ ਖਾਲਸਾ ਦੀ ਹੈਟ ਨਹੀਂ ਪਾ ਸਕਦਾ, ਸਿਰਫ ਮੈਨੂੰ ਤਾਂ ਫਿਰ ਉਹ ਉਦਾਸੀਨ ਨੂੰ ਵੀ ਉਤਨੀ ਹੀ ਰਿਸਪੈਕਟ ਦੇਣੀ ਪਏਗੀ ਜਿਹਨੇ ਗੁਰੂ ਨਾਨਕ ਨਾਮ ਲੇਵਾ ਦੇ ਅੰਦਰ ਉਸਨੇ ਵੀ ਕੁਛ ਕੀਤਾ, ਸਿੰਧ ਦੇ ਅੰਦਰ ਜਿਹੜੇ ਬੈਠੇ ਨੇ ਉਹਨਾਂ ਨੂੰ ਵੀ ਮੈਂ ਉਤਨੀ ਰਿਸਪੈਕਟ ਦੇਵਾਂਗਾ, ਹੈ ਨਾ, ਤੇ ਉਹਨਾਂ ਨੇ ਵੀ ਕੁਛ ਚੀਜ਼ਾਂ ਬਣਾਈਆਂ ਨੇ, ਫਿਰ ਅਸੀਂ ਉੱਥੇ ਉਹਨਾਂ ਨੂੰ ਵੀ ਜ਼ਿਕਰ ਕਰਾਂਗੇ, ਕਿਸੇ ਨੂੰ ਚੰਗਾ ਲੱਗੇ ਜਾਂ ਨਾ ਲੱਗੇ, ਗੁਰੂ ਨਾਨਕ ਸਾਹਿਬ ਦੇ ਕੰਮ ਵਿੱਚ ਇਸ ਤਰ੍ਹਾਂ ਹੈਗਾ, ਨਾਨਕ ਨਾਮ ਲੇਵਾ ਸੰਗਤ ਵਾਸਤੇ। ਤੇ ਗੱਲ ਇਹ ਆਉਂਦੀ ਹੈ ਇਸ ਨੂੰ ਮੁਕਾਉਣ ਵਾਸਤੇ, ਗੁਰਬਾਣੀ ਦੇ ਤੁਕ ਨਾਲ ਹੀ ਅਸੀਂ ਮੁਕਾਵਾਂਗੇ, ਗੁਰੂ ਨਾਨਕ ਸਾਹਿਬ ਦਾ ਫਲਸਫਾ ਕੀ ਸੀਗਾ? ਦੇਖੋ ਅੱਜ ਅਸੀਂ ਹਰ ਚੀਜ਼ ਦੇ ਅੰਦਰ ਕਹਿੰਦੇ ਹਾਂ ਮਾਈਨ ਇਜ਼ ਬੈਟਰ ਦੈਨ ਯੋਰਸ, ਗੁਰੂ ਨਾਨਕ ਸਾਹਿਬ ਤੋਂ ਇੱਕ ਸਿੰਪਲ ਜਿਹੀ ਗੱਲ ਕਰ ਰਹੇ ਹਾਂ, 6 ਘਰ 6 ਗੁਰ 6 ਉਪਦੇਸ਼, ਜਿਹੜਾ ਦਰਸ਼ਨ ਸ਼ਾਸਤਰ ਹੈ 6 ਫਲਸਫੇ ਹਨ, ਯੋਗ, ਮੀਮਾਂਸਾ, ਵੇਦਾਂਤ, ਸਾਂਖਯ, ਇਹ ਸਾਡੀ ਇੰਡੀਅਨ ਟ੍ਰੈਡੀਸ਼ਨ ਦੇ 6 ਫਲਸਫੇ ਸਨ। ਉਹ ਕਹਿ ਰਹੇ ਨੇ 6 ਘਰ 6 ਫਲਸਫੇ, ਘਰ ਫਲਸਫੇ ਹੋ ਗਏ, 6 ਗੁਰ ਉਹਨਾਂ ਦੇ 6 ਗੁਰੂ ਨੇ ਉਹਨਾਂ ਫਲਸਫਿਆਂ ਦੇ, 6 ਉਪਦੇਸ਼ 6 ਫਲ ਉਹਨਾਂ ਦੇ ਦਰਸ਼ਨ ਪਾਠ ਨੇ। ਫਿਰ ਉਹ ਕਹਿੰਦੇ 6 ਘਰ 6 ਗੁਰ 6 ਉਪਦੇਸ਼, ਗੁਰਗੁਰ ਏਕੋ ਵੇਸ ਅਨੇਕ, ਗੁਰੂਆਂ ਦਾ ਗੁਰੂ ਇੱਕੋ ਹੀ ਹੈ, ਵੇਸ ਅਨੇਕ। ਫਿਰ ਉਹ ਕਹਿੰਦੇ ਨੇ ਬਾਬਾ ਜੇ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਇਤ ਹੋਏ, ਲੇਕਿਨ ਉਹ ਕਿਸੇ ਨੂੰ ਇਹ ਨੈਗੇਟ ਨਹੀਂ ਕਰ ਰਹੇ, ਉਹ ਕਹਿ ਰਹੇ ਨੇ ਮੈਂ ਐਕਸੈਪਟ ਕਰ ਰਿਹਾ ਇਹ 6 ਨੇ, ਮੈਂ ਉਸ ਇਨਵਾਇਰਮੈਂਟ ਦੇ ਅੰਦਰ ਮੈਂ ਵਿਸਰ ਰਿਹਾ, ਰਾਈਟ, ਮੈਂ ਉਸ ਨੂੰ ਐਕਸੈਪਟ ਕਰਦਾ, ਲੇਕਿਨ ਆਈ ਮਸਟ ਸੇ ਸੋ ਦੈਟ ਅਮੰਗਸਟ ਆਲ ਦੀ ਫਲਸਫਾ, ਜਿਸ ਦੇ ਘਰ ਦੇ ਅੰਦਰ ਵੀ ਅਗਰ ਸਿਫਤ ਹੁੰਦੀ ਹੈ ਰੱਬ ਦੀ, ਵਨਨੈਸ ਦੀ, ਮੈਂ ਉਸਨੂੰ ਸਲਾਮ ਕਰਨਾ ਜੀ। ਤੇ ਗੱਲ ਉਹੀ ਹੈ ਨਾ, ਫਿਰ ਤੁਹਾਨੂੰ ਉਹੀ ਫਲਸਫਾ ਲੈਣਾ ਪਏਗਾ, ਤੁਹਾਨੂੰ ਹਰ ਕਿਸੇ ਨੂੰ ਰਿਸਪੈਕਟ ਦੇਣੀ ਪਏਗੀ, ਹਰ ਫਲਸਫੇ ਨੂੰ ਸਮਝਣਾ ਪਏਗਾ, ਚਾਹੇ ਜੈਨ ਹੋਵੇ, ਚਾਹੇ ਬੋਧੀ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਸ਼ੀਆ ਹੋਵੇ, ਚਾਹੇ ਸੁੰਨੀ ਹੋਵੇ, ਚਾਹੇ ਜੋਗੀ ਹੋਵੇ, ਉਹਨਾਂ ਨੂੰ ਸਮਝਾਂਗੇ ਅਸੀਂ, ਤਾਂ ਹੀ ਅਸੀਂ ਗੁਰੂ ਨਾਨਕ ਦੇ ਫਲਸਫੇ ਨੂੰ ਸਮਝਾਂਗੇ ਨਾ ਜੀ। ਤੇ ਇਹ ਬੜਾ ਖੂਬਸੂਰਤ ਸੰਵਾਦ ਹੈ, ਅਜੇ 2 ਡਾਕੂਮੈਂਟਰੀਜ਼ ਸਾਡੇ ਦਰਸ਼ਕਾਂ ਨੇ ਦੇਖੀਆਂ ਹੋਣੀਆਂ, ਜਿਨ੍ਹਾਂ ਨੇ ਨਹੀਂ ਦੇਖੀਆਂ ਉਹਦੀ gurunanak.com ਤੇ ਜਾ ਕੇ ਇਹਨਾਂ ਨੂੰ ਵੇਖ ਸਕਦੇ ਨੇ, ਤੇ ਅੱਗੇ ਹਜੇ ਪੂਰੀ ਦੀ ਪੂਰੀਆਂ 24 ਕਿਸ਼ਤਾਂ ਹੋਣੀਆਂ ਨੇ। ਤੇ ਅਮਰਦੀਪ ਜੀ, ਮੈਨੂੰ ਲੱਗਦਾ ਕਿ ਇਸ ਦੇ ਨਾਲ ਨਾਲ ਅਸੀਂ ਸੰਵਾਦ ਕਰਦੇ ਰਹਾਂਗੇ, ਕੰਕਲੂਡਡ ਜੇ ਤੁਸੀਂ ਕੁਛ 2 ਸ਼ਬਦ ਸਾਡੇ ਦਰਸ਼ਕਾਂ ਨੂੰ ਕਹਿਣੇ ਹੋਣ। ਮੈਂ ਤਾਂ ਇਹੀ ਕਹਾਂਗਾ ਵੀ ਦੇਖੋ ਜੀ, ਇਹ ਪ੍ਰੋਜੈਕਟ ਕੋਈ ਆਸਾਨ ਨਹੀਂ ਸੀਗਾ, ਅਜੇ ਤੇ ਅਸੀਂ ਕੋਈ ਗੱਲ ਹੀ ਨਹੀਂ ਕੀਤੀ ਕਿ ਬਾਈ, ਔਰ ਉਹਨਾਂ ਦੇ ਜਾਣ ਦੇ ਕੋਈ ਫਾਇਦਾ ਵੀ ਨਹੀਂ ਹੈ, ਕਿਉਂਕਿ ਅਸੀਂ ਤੇ ਆਪਣੀ ਜ਼ਿੰਦਗੀ ਨੂੰ ਬਾਜ਼ੀ ਲਗਾ ਕੇ ਅਸੀਂ ਚੱਲ ਪਏ ਹਾਂ, ਰਾਈਟ, ਤੇ ਅਸੀਂ 3 ਸਾਲ ਦੇ ਅੰਦਰ ਇਹ ਚੀਜ਼ ਹੁਣ ਕਮਿਊਨਿਟੀ ਦੇ ਅੱਗੇ ਰੱਖ ਰਹੇ ਹਾਂ, ਇਹ ਕੋਈ ਕਮਰਸ਼ੀਅਲ ਕੰਮ ਨਹੀਂ ਹੈ, ਜਜ਼ਬਾਤੀ ਕੰਮ ਹੈਗਾ, ਨਾ ਹੀ ਅਸੀਂ ਦੇ ਅੰਦਰ ਕੋਈ ਕਿਸੇ ਕੋਲੋਂ ਚਾਰਜ ਕਰ ਰਹੇ ਹਾਂ। ਦੇਖੋ, ਕਿਸੇ ਲੋਕਾਂ ਨੇ ਕਿਹਾ ਤੁਸੀਂ ਐਮਾਜ਼ੋਨ ਤੇ ਪਾ ਦਿਓ, ਨੈਟਫਲਿਕਸ ਤੇ ਪਾ ਦਿਓ, ਇੱਥੇ ਕਰ ਲਓ, ਉੱਥੇ ਕਰ ਲਓ, ਫਿਰ ਦੇਖਣ ਵਾਲੇ ਵੀ ਉਤਨੇ ਲਿਮਿਟਿਡ ਰਹਿ ਜਾਣਗੇ ਨਾ, ਤੇ ਸਾਨੂੰ
ਇਹ ਹੈ ਕਿ ਅਸੀਂ ਲੰਗਰ ਖੋਲ ਦਿੱਤਾ, ਜਿਸ ਨੇ ਦੇਖਣਾ ਦੇਖੇ, ਜਿਸ ਤਰ੍ਹਾਂ ਦੇਖਣਾ, ਠੀਕ ਹੈ, ਥੋੜੀ ਇਨਕਨਵੀਨੀਅੰਸ ਹੋਏਗੀ ਅਜੇ ਕਿਉਂਕਿ ਵੱਡੀ ਟੀਵੀ ਤੇ ਚਲਾਉਣ ਵਾਸਤੇ ਤੁਹਾਨੂੰ ਮੈਰਰਿੰਗ ਕਰਨੀ ਪਏਗੀ, ਬਟ ਟੈਕਨੋਲੋਜੀ ਹਰ ਚੀਜ਼ ਦੇ ਥੋੜੀ ਲਿਮਿਟੇਸ਼ਨ ਹੁੰਦੀ ਹੈ, ਬਟ ਅਸੀਂ ਪ੍ਰਿੰਸੀਪਲ ਰੱਖਿਆ ਕੋਈ ਵੀ ਦੇਖਣਾ ਚਾਹੇ ਦੇਖ ਸਕਦਾ, ਰਾਈਟ? ਹੁਣ ਤੁਸੀਂ ਜਦੋਂ ਇਸ ਤਰ੍ਹਾਂ ਕਰ ਦਿੱਤਾ ਇਤਨੇ ਵੱਡੇ ਪ੍ਰੋਜੈਕਟ ਨੂੰ, ਅੱਜ ਇੱਕ ਡੇਢ ਘੰਟੇ ਦੀ ਪਿਕਚਰ ਬਣਦੀ ਹੈ ਤੇ ਕਰੋੜਾਂ 'ਚ ਬਣਦੀ ਹੈ, ਤੇ ਤੁਸੀਂ ਇਹ ਤੇ ਅੰਦਾਜ਼ਾ ਲਗਾ ਲਓ ਕਿਸ ਤਰ੍ਹਾਂ ਇੱਕ ਪ੍ਰੋਜੈਕਟ ਬਣਿਆ ਹੋਏਗਾ। ਤੁਸੀਂ ਇਰਾਨ, ਇਰਾਕ, ਅਫਗਾਨਿਸਤਾਨ ਜਾਣ ਦੇ ਪ੍ਰੋਬਲਮ ਨੂੰ ਹੀ, ਪਾਕਿਸਤਾਨ ਵਿੱਚ ਫਿਰ ਕੈਮਰੇ ਉਠਾ ਕੇ ਜਾਣ ਦੀ ਪ੍ਰੋਬਲਮ ਨੂੰ ਹੀ ਸੋਲਵ ਕਰਦੇ ਕਰਦੇ ਤੁਸੀਂ ਨਾਲ ਫੰਡਿੰਗ ਵੀ ਰੇਜ਼ ਕਰਨੀ ਹੈ, ਔਰ ਜਦੋਂ ਫੰਡਿੰਗ ਦੇਣ ਵਾਲਾ ਉਹ ਕਹੇ ਕਿ ਤੇਰੇ ਕੋਲ ਉਸ ਨਾਲ ਗੱਲ ਹੋਵੇ, ਤੇ ਅਸੀਂ ਕਹਿ ਰਹੇ ਹਾਂ ਕਿ ਸਿਰਫ ਗੁਰੂ ਨਾਨਕ ਦੇ ਨਾਮ ਵਾਸਤੇ, ਸਿਰਫ ਪਿਆਰ ਵਾਸਤੇ ਤੂੰ ਫੰਡਿੰਗ ਦੇਣੀ ਹੈ, ਇਹ ਨਾ ਐਕਸਪੈਕਟ ਕਰੀ ਕਿ ਤੇਰਾ ਕੋਈ ਨਾਮ ਦੇ ਉੱਤੇ ਕੋਈ ਪਿੱਛੇ ਆ ਜਾਏਗਾ ਜਾਂ ਅੱਗੇ ਆ ਜਾਏਗਾ, ਔਰ ਨਾ ਹੀ ਤੇਰਾ ਕੋਈ ਰਿਟਰਨ ਔਨ ਇਨਵੈਸਟਮੈਂਟ ਹੈਗਾ ਕੋਈ। ਤੂੰ ਕਹੇ ਕਿ ਮੈਨੂੰ ਇਸ ਦੇ ਉੱਪਰ ਤੁਸੀਂ ਪ੍ਰੋਫਿਟ ਦੇ ਦਿਓ, ਕੋਈ ਪ੍ਰੋਫਿਟ ਨਹੀਂ ਹੈ, ਪ੍ਰੋਫਿਟ ਇਹੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਨੈਰੇਟਿਵ ਬਣ ਰਿਹਾ। ਤੇ ਸਿੱਧੀ ਜੀ ਗੱਲ ਹੈ, ਜਦੋਂ ਇਤਨਾ ਵੱਡਾ ਨੈਰੇਟਿਵ ਬਣੇਗਾ ਤਾਂ ਅੜਚਣਾ ਬਹੁਤ ਆਈਆਂ ਨੇ। ਹੁਣ ਸਾਨੂੰ ਜੋ ਲੋਕ ਦੇਖ ਰਹੇ ਨੇ, ਜਿਹਨਾਂ ਨੇ ਰਿਵਿਊ ਕੀਤਾ ਹੈ, ਉਹਨਾਂ ਨੇ ਸਾਨੂੰ ਪ੍ਰੇਰਿਤ ਕੀਤਾ ਹੈ ਕਿ ਤੁਸੀਂ ਇੱਥੇ ਇਸ ਡਾਕੂ ਸੀਰੀਜ਼ ਨੂੰ ਰੋਕ ਨਹੀਂ ਸਕਦੇ, ਹੁਣ ਤੁਸੀਂ ਚੱਲ ਪਏ ਹੋ, ਤੁਸੀਂ ਇੰਗਲਿਸ਼ ਵਿੱਚ ਇੱਕ ਚੀਜ਼ ਬਣਾ ਦਿੱਤੀ ਜੋ ਫਿਰ ਨਹੀਂ ਪੜ੍ਹਨੀ, ਔਰ ਅਗਰ ਫਿਰ ਨਹੀਂ ਪੜ੍ਹਨੀ ਕਿਉਂਕਿ ਇਸਦੀ ਕੋਈ ਕਮਰਸ਼ੀਅਲ ਵੈਲਿਊ ਨਹੀਂ ਹੈ, ਤੇ ਫਿਰ ਨੈਰੇਟਿਵ ਦੀ ਵੈਲਿਊ ਹੈ ਬਟ ਕਮਰਸ਼ੀਅਲ, ਉਹ ਇਹ ਕੋਈ ਸ਼ਾਹਰੁਖ ਖਾਨ ਤੇ ਸਲਮਾਨ ਖਾਨ ਵਾਲੀ ਚੀਜ਼ ਨਹੀਂ ਹੈ। ਹਾਂ, ਹੌਲੀ ਹੌਲੀ ਲੋਕ ਸਮਝਣਗੇ। ਫਿਰ ਗੱਲ ਇਹ ਹੈ ਕਿ ਇਹ ਅਗਰ ਮਾਸਿਸ ਤੱਕ ਪਹੁੰਚਾਉਣੀ ਤਾਂ ਇਹਨੂੰ ਇੰਗਲਿਸ਼ ਤੋਂ ਤੁਹਾਨੂੰ ਪੰਜਾਬੀ ਤੇ ਹਿੰਦੁਸਤਾਨੀ, ਹਿੰਦੀ ਉਰਦੂ ਮਿਕਸ ਕਰਕੇ ਵੀ ਇਹਦੀ ਟਰਾਂਸਲੇਸ਼ਨ ਕਰਨੀ ਹੀ ਪਏਗੀ, ਤਾਂ ਹੀ ਮਾਸਿਸ ਤੱਕ ਜਾਏਗੀ। ਤੇ ਅਸੀਂ ਕਿਹਾ ਅਸੀਂ ਕਰਨ ਨੂੰ ਤਿਆਰ ਹਾਂ, ਲੇਕਿਨ ਕੋਈ ਵੀ ਚੀਜ਼ ਕਰਨ ਵਾਸਤੇ, ਲੰਗਰ ਵੀ ਅਗਰ ਬਣਾਉਣਾ ਹੋਵੇ ਤੇ ਲੰਗਰ ਵਾਸਤੇ ਘਿਓ, ਦਾਲ ਚਾਵਲ ਵਾਸਤੇ ਪੈਸੇ ਚਾਹੀਦੇ ਹੁੰਦੇ ਨੇ ਨਾ। ਹੁਣ ਜਦੋਂ ਕਿਸੇ ਵਿੱਚ ਕੋਈ ਰੈਵਨਿਊ ਨਹੀਂ ਹੈ, ਤੁਸੀਂ ਇਹਨੂੰ ਪੂਰਾ ਖੋਲ ਕੇ ਰੱਖ ਦਿੱਤਾ ਹੈ, ਤੇ ਅਸੀਂ ਸਿਰਫ ਇਹਨੂੰ ਖੋਲ ਕੇ ਉੱਥੇ ਰੱਖਿਆ ਕਿ theygurunanak.com ਦੇ ਉੱਤੇ, ਔਰ ਅਸੀਂ ਯੂਟਿਊਬ ਤੇ ਇਸ ਕਰਕੇ ਨਹੀਂ ਅਜੇ ਪਾਇਆ, ਹਾਲਾਂਕਿ ਮੈਂ ਚਾਹੁੰਦਾ ਕਿ ਯੂਟਿਊਬ ਤੇ ਜਲਦੀ ਚਲਾ ਜਾਵੇ, ਲੇਕਿਨ ਯੂਟਿਊਬ ਤੇ ਪਾਉਣ ਦਾ ਮਤਲਬ ਇਹ ਕਿ ਸਾਨੂੰ, ਅਸੀਂ ਅਪੀਲ ਨਹੀਂ ਕਰ ਸਕਦੇ ਹਾਂ, ਇੱਕ ਜਗ੍ਹਾ ਤੇ ਪਾ ਕੇ ਤੁਸੀਂ ਉੱਥੇ ਦੇਖੋ, ਜਿਹਨੂੰ ਪਸੰਦ ਆਵੇ ਥੋੜਾ ਜਿਹਾ ਡੋਨੇਟ ਕਰੋ, ਥੋੜਾ ਜਿਹਾ ਆਪਣਾ ਹਿੱਸਾ ਪਾਓ, ਤਾਂ ਕਿ ਅਸੀਂ ਜਲਦੀ ਤੋਂ ਜਲਦੀ ਪੰਜਾਬੀ ਵਿੱਚ ਔਰ ਹਿੰਦੁਸਤਾਨੀ ਟਰਾਂਸਲੇਸ਼ਨ ਬਣਾ ਸਕੀਏ। ਜਿਸ ਤਰ੍ਹਾਂ ਹੀ ਜਿੰਨੀ ਜਲਦੀ ਚੀਜ਼ ਬਣੇਗੀ, ਉਤਨੀ ਜਲਦੀ ਇਸ ਨੂੰ ਅਸੀਂ ਇੱਕ ਵੈਬਸਾਈਟ ਤੋਂ ਉਠਾ ਕੇ ਯੂਟਿਊਬ ਵਿੱਚ ਪਾਵਾਂਗੇ, ਤੇ ਹੁਣ ਜੋ ਚੀਜ਼ ਬਣ ਗਈ ਹੈ, ਵੈਲਿਊ ਅਗਰ ਤੁਹਾਡੇ ਅੱਗੇ ਹੈ ਤੇ ਤੁਹਾਨੂੰ ਤੁਸੀਂ ਖਾਈ ਜਾਓ ਤੇ ਤੁਸੀਂ ਸਪੋਰਟ ਨਾ ਕਰੋ, ਫਿਰ ਤੇ ਕੰਮ ਕਿਸ ਤਰ੍ਹਾਂ ਚਲੇਗਾ ਅੱਗੇ? ਬਿਲਕੁਲ, ਇਹ ਤਾਂ ਗਿਆਨ ਦਾ ਦਸਵੰਦ ਹੈ, ਕੱਢਣਾ ਹੀ ਪਏ। ਬਸ ਅਸੀਂ ਸੋਨੇ ਵਿੱਚ ਲਗਾ ਦੇਣੇ, ਅਸੀਂ ਸੰਗਮਰਮਰ ਵਿੱਚ ਲਗਾ ਦੇਣੇ ਆ, ਅਸੀਂ ਅਸੀਂ ਭਾਂਗੜਾ ਦੇਖਣ ਵਿੱਚ ਲਗਾ ਦੇਣੇ ਆ। ਅਗਰ ਅੱਜ US ਦੇ ਅੰਦਰ ਅਗਰ ਪੰਜ ਬੰਦੇ ਅਗਰ ਪਰਿਵਾਰ ਦੇ ਪਿਕਚਰ ਦੇਖਣ ਚਲੇ ਜਾਣ ਹਾਲ ਦੇ ਅੰਦਰ, ਤੇ $150 ਦਾ ਖਰਚਾ ਹੈ ਜੀ, ਤੇ ਮੈਂ ਤੇ ਸਿਰਫ ਕਹਿਣਾ ਮੈਨੂੰ ਸਿਰਫ 1250 ਬੰਦੇ ਚਾਹੀਦੇ ਨੇ ਦੁਨੀਆ ਦੇ ਅੰਦਰ, ਜੋ $100 ਪਾ ਦੇਣ ਤੇ ਅਸੀਂ ਤੁਹਾਨੂੰ ਇੰਗਲਿਸ਼ ਵਿੱਚ ਪੂਰਾ 24 ਘੰਟੇ ਦਾ ਦਸਤਾਵੇਜ਼ ਲਿਆ ਕੇ ਖੜਾ ਕਰਕੇ ਰੱਖ ਦਾਂਗੇ, ਫਿਰ ਅਸੀਂ ਪੰਜਾਬੀ 'ਚ ਖੜਾ ਕਰ ਦਾਂਗੇ, ਫਿਰ ਅਸੀਂ ਹਿੰਦੀ 'ਚ ਵੀ ਕਰ ਦਾਂਗੇ। ਲੇਕਿਨ ਦੁੱਖ ਇਹ ਹੈ ਕਿ ਭਾਂਗੜੇ ਦੇ ਵਿੱਚੋਂ, ਦਾਰੂ ਤੋਂ ਵਿੱਚੋਂ, ਸੋਨੇ ਵਿੱਚੋਂ, ਸੰਗਮਰਮਰ ਤੋਂ ਇਲਾਵਾ ਇਸ ਪਾਸੇ ਕੋਈ $100 ਬੜੇ ਘੱਟ ਹੀ ਲੋਕ ਪਾਉਣ ਵਾਲੇ ਹਨ ਜੀ। ਨਹੀਂ, ਪਾਉਣ ਵਾਲੇ ਹੋਣਗੇ ਜ਼ਰੂਰ, ਯਕੀਨਨ ਪਾਉਣਗੇ। ਨਹੀਂ, ਇਤਨੀ ਦੂਰ ਪਹੁੰਚੇ ਹਾਂ, ਅਸੀਂ ਫੇਥ ਨਹੀਂ ਇਤਨੀ ਜਲਦੀ ਹਾਰਦੇ, ਅਸੀਂ ਮੈਂ ਤੇ ਬੜਾ ਖੜਦਾ ਹਾਂ। ਇਹ ਬਹੁਤ ਖੂਬਸੂਰਤ ਕੰਮ ਹੈ, ਤੇ ਇਹ ਜਿਉਂ ਜਿਉਂ ਕੰਮ ਅੱਗੇ ਜਾਏਗਾ ਤਿਉਂ ਤਿਉਂ ਇਸ ਦਾ ਅਹਿਸਾਸ ਹੋਰ ਵਧੇਗਾ, ਤੇ ਸਾਰੀ ਗੱਲ ਭਾਵਨਾ 'ਚ ਹੁੰਦੀ ਹੈ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਗੱਲ ਕੀਤੀ ਆਪਣੀ ਫਿਲਮ ਬਾਰੇ, ਆਪਣੇ ਸਫ਼ਰ ਬਾਰੇ। ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਜੀ।